ਸਿਰਫ ਇੱਕ ਘਰ ਵੱਡਿਆ ਗਿਆ ਸੀ ਇੱਥੇ ਆਚਰ ਪਿੰਡ ਦੇ ਕੋਲ ਸਾਡੇ ਪਿੰਡ ਦਾ ਹੀ ਤੇ ਉਹ ਵਿਚਾਰੇ ਭਲੇ ਮਨ ਸਿੱਖ ਸਨ ਉਹਨਾਂ ਨੂੰ ਇੱਥੇ ਬੰਦੇ ਉਬਾਸ ਕਿਸਮ ਦੇ ਦੋ ਤਿੰਨ ਬੰਦੇ ਹਨ ਉਹਨਾਂ ਨੇ ਵੱਢ ਚੁੱਕ ਛੱਡੇ ਹਨ ਉਹ ਇੱਕ ਮੁੰਡਾ ਬੱਚਿਆ ਸੀ ਉਹਦਾ ਨਾਂ ਸੀ ਸਾਧੂ ਸਿੰਘ ਉਹ ਸਾਡੇ ਘਰ ਰਿਹਾ ਸੀ ਉਹਦਾ ਨਾਂ ਫਿਰ ਤਫੈਲ ਤਫੈਲ ਰੱਖ ਰਿਹਾ ਸੀ ਸਕੂਲੇ ਖੜਨ ਨਾਲ ਉਹਦੀ ਭੈਣ ਇੱਕ ਤੇ ਕੋ ਬੱਚਿਆ ਸੀ ਤੇ ਭੈਣ ਉਹਦੀ ਫਿਰ ਬਖਵਾਲੀ ਤਾਪ ਨਾਲ ਲਿਆਂਦਿਆ ਹੋਇਆ ਮਰ ਗਈ ਸੀ ਤੇ ਉਹ ਬਚ ਗਿਆ ਸੀ ਤੇ ਹੁਣ ਉਹਦਾ ਬੜਾ ਕੰਮ ਹੈ ਉਹ ਇੱਥੇ ਹੁੰਦਾ ਜੀ ਕਿ ਵੇਲਾ ਸਿੰਘ ਤੇ ਜਾਗਰ ਸਿੰਘ ਇਹ ਦੋਨੋਂ ਇਹਨਾਂ ਦੀ ਜ਼ਿਆਦਾ ਪੈਰੀ ਸੀ ਇਸ ਪਾਸੇ ਖੂਹ ਹੁੰਦੇ ਹਨ ਉਦੋਂ ਖੂਹਾਂ ਦੇ ਨਾਂ ਹੋਏਗਾ ਕੋਈ ਬੜਾ ਸਲੂਕ ਸੀ ਬੜਾ ਹੀ ਸਲੂਕ ਇੱਕ ਦੂਜੇ ਵੇਖ ਰਿਹਾ ਸਾਨੂੰ ਟੁੱਕਣੀ ਨਹੀਂ ਪੈਂਦਾ ਜ਼ਰੂਰ ਜਾਣਾ ਅੱਡੀ ਵਜੇ ਥੋੜਾ ਬਹੁਤਾ ਬੋਲ ਵੀ ਪਏ ਆ ਨਾ ਹਾਂਜੀ ਹਾਂਜੀ ਤੇ ਇਕੱਠਿਆ ਜ਼ਰੂਰ ਹੋ ਰਿਹਾ ਸਿੱਖ ਹਿੰਦੂ ਜਿੰਨੇ ਵੀ ਸਾਰੇ ਹਾਂਜੀ ਬੰਦੇ ਤਾਂ ਥੋੜੇ ਹਨ ਜੋ ਜਵਾਨ ਹਨ ਚੰਗੇ ਜਵਾਨ ਚੰਗੇ ਹਨ ਇੱਥੇ ਇੱਕ ਵਾਰੀ ਤਾਂ ਮਾਰ ਕਟਾਈ ਕਰਦੇ ਹਨ ਇਹ ਬਾਏ ਸਿੱਖ ਜਿਹੜੇ ਹਨ ਨਾ ਇਹ ਸਟਕਾ ਕਰਦੇ ਹਨ ਬੱਕਰਾ ਖਿਲਾਰ ਕੇ ਉਹ ਤੋਂ ਤਲਵਾਰ ਦੀ ਸਿੱਟਲਾ ਹਟਦੇ ਹਨ ਇੱਕ ਵਾਰ ਕੀਤਾ ਇਹਨਾਂ ਨੂੰ ਪਤਾ ਲੱਗ ਗਿਆ ਸਾਡੇ ਦੇਖਿਆ ਨੂੰ ਇਹਨਾਂ ਫੜ ਕੇ ਨਾ ਮੱਛੀ ਆ ਗਿਆ ਆਪਣੇ ਕੋਈ ਸੀ ਇਹ ਬਾਈ ਖੋਖਰਾ ਕੋ ਸੀ ਹਾਂਜੀ ਹਾਂਜੀ ਉਦੋਂ ਮੱਛਾ ਲੈ ਕੇ ਗੁਰਦਾ ਦੇ ਅੱਗੇ ਗਾਂ ਆਹੋ ਗਾਂ ਵੀ ਨਹੀਂ ਪੁੱਜਿਆ ਉਹਦੇ ਗੁਰਦਾ ਦੇ ਬੂਹੇ ਦੇ ਅੱਗੇ ਫਿਰ ਟਾ ਲਏ ਤੇ ਐਵੇਂ ਉਹਨੂੰ ਦੱਸਣਾ ਇਹ ਦਿਨ ਤੇ ਤਰਲੇ ਪਾਣ ਤੇ ਕੋਈ ਹਾਲ ਕਰ ਨਾ ਖੜੇ ਜੀ ਮੈਨੂੰ ਨਾ ਪੁੱਛਾ ਕਿਤਾ ਕਿ ਝਟਕਾ ਕੀਤਾ ਸੀ ਹੁਣ ਗਾਂ ਹਾਂਜੀ ਹਾਂਜੀ ਅਸੀਂ ਹਲਾਲ ਕਰਨੇ ਹਾਂ ਹਲਾਲ ਕਰਨੇ ਆ ਯਾਨੀ ਉਹਦੇ ਬੁਕਾ ਕੇ ਫਿਰ ਹਲਾਲ ਲੱਗੇ ਤੇ ਕਰਨਾ ਹੋ ਇੱਧਰ ਮਤਲਬ ਹੈ ਗਾਂ ਨੂੰ ਹਲਾਲ ਕਰਨਾ ਉਹ ਮਜ਼ਬੀ ਸਮਝਦੇ ਹਨ ਨਾ ਇੱਕ ਰਾਮ ਲਾਲ ਸੀ ਇੱਕ ਲੱਖਾ ਸੀ ਹੱਟੀਆਂ ਕਰਦੇ ਹਨ ਨਾ ਉਹਨਾਂ ਦੇ ਇੱਕ ਵਧਾਵਾ ਲੱਕੜੀ ਸੀ ਇੱਕ ਵਰਿਆਮ ਸਿੰਘ ਸੀ ਇੱਕ ਉਹ ਜਿਹੜਾ ਪਾਡੀ ਜਿਹਨੂੰ ਆਉਂਦੇ ਹੁੰਦੇ ਹਨ ਗੰਡੂ ਪਾਡੀ ਵੇਲਾ ਸਿੰਘ ਇੱਕ ਲਹਿਣਾ ਸਿੰਘ ਇੱਕ ਹਰੀਆ ਸਿੰਘ ਤੇ ਨਾਂ ਸੁਣਦੇ ਦਰਬਾਰ ਸਿੰਘ ਹਾਂ ਕਰਤਾਰ ਦਰਬਾਰ ਕਰਤਾਰ ਉਹਦਾ ਪਿਆਰਾ ਸਿੰਘ ਸੀ ਇੱਕ ਫੌਜਾ ਸਿੰਘ ਹਾਂਜੀ ਇਹੋ ਜਿਹੇ ਨਾਂ ਉਹਨਾਂ ਦੇ ਸਿੱਖ ਜੋ ਹਨ ਸਿੱਖਾਂ ਵਾਲੇ ਹੀ ਨਾਂ ਰੱਖਣੇ ਹਨ ਨਾ ਸਰਦਾਰ ਜਿਹੜੇ ਜਿੰਨੇ ਵੀ ਸਿੱਖ ਨੇ ਉਹਨਾਂ ਨਾਲ ਸਿੰਘ ਲਾਉਂਦੇ ਨੇ ਹਾਂਜੀ ਆਪਣੇ ਨਾਂ ਦੇ ਨਾਲ ਲਿਖਦੇ ਸਿੰਘ ਨੇ ਹਾਂਜੀ ਭਾਵੇਂ ਜਿਹੜੇ ਮਰਜ਼ੀ ਸਾਡੇ ਦੋ ਤਿੰਨ ਵਾਰੀ ਆਏ ਦੇ ਥੋੜੇ ਦਿਨ ਹੋਏ ਨੇ ਤੇ ਮਹੀਨਾ ਸਰੇ ਮਾਸ਼ੀ ਜੀ ਮਹੀਨਾ ਨਹੀਂ ਹੋਇਆ ਮੇਰੇ ਨਹੀਂ ਮੱਥੇ ਲੱਗੇ ਨਹੀਂ ਤੇਰੇ ਨੇ ਮੱਥੇ ਤੇ ਮੇਰੇ ਕੋਲ ਚਲੇ ਗਏ ਨੇ ਉੱਥੇ ਤੇ ਜੇ ਹੁਣ ਆਏ ਸਾਡਾ ਦੋ ਜਣੇ ਇੱਕ ਨਾ ਉਹਦਾ ਟੱਬਰ ਵੀ ਸੀ ਹਾਂਜੀ ਤੇ ਨਾ ਹੈ ਸੀ ਕੌਮ ਦੇ ਘਮਿਆਰ ਸਨ ਉਹ ਘਮਿਆਰ ਵੀ ਸਨ ਸਾਡੇ ਪਿੰਡ ਦੋ ਘਰ ਸਿੱਖਾਂ ਦੇ ਘਮਿਆਰ ਵੀ ਸਨ ਦੋ ਘਰ ਹਾਂਜੀ ਵੀ ਸਿੱਖ ਸਨ ਅੱਛਾ ਇੱਧਰ ਸੁਣੋ ਹਾਂਜੀ 3 ਕਿਲੋਮੀਟਰ ਸਫ਼ਰ ਵੀ ਰੋਜ਼ ਕਰਨਾ ਤੇ ਸਾਈ ਜਰਾ ਘਟਿਆ ਦਾ ਹੀ ਲਾਲਾ ਮੰਦ ਹਾਂ ਤੇ ਵੱਡੇ ਭਰਾ ਨੇ ਜੱਥੇ ਲਾਣੇ ਮੈਂ ਟੋਕਾ ਘੇੜਨਾ ਤੇ ਸਾਈ ਨੇ ਭਰ ਭਰ ਝੋਲੀਆਂ ਡੰਗਰਾਂ ਕੇ ਸੁੱਟਣੇ ਤੇ ਪਹਿਲਾ ਸੀ ਦਾ ਟੋਕਾ ਕੇ ਨਾ ਸਲਾਈ ਫਾਈ ਤੇ ਜੰਗਰ ਹੁੰਦੇ ਹਨ ਇਹ ਕਿਸੇ ਜੇ ਲਹਿਣਾ ਸਿੰਘ ਸੀ ਉਹਨੇ ਜੀ ਕੱਚਾ ਹੀ ਸੀ ਘਰ ਤੇ ਅੱਗੇ ਬਰਾਂਡਾ ਜਿਹੜਾ ਇਹਦਾ ਹੁਣ ਤੇ ਐਸਾ ਹੀ ਡਾਟ ਲਾਉਂਦੇ ਉਦੋਂ ਗੋਲ ਡਾਟ ਲਾਉਂਦੇ ਹਨ ਮਿੱਟੀ ਦੇ ਲਾਉਂਦੇ ਹਨ ਅੱਗੇ ਉਹਨੇ ਕੋਵੇ ਕੱਢ ਕੇ ਡਾਟਾ ਲਾਈ ਦੀਆਂ ਹਨ ਤੇ ਇੱਕ ਪਾਸੇ ਪੌੜੀ ਚਾੜੀ ਸੀ ਇਹ ਉਹਨੇ ਤੇ ਉਹ ਜੀ ਵਿਚਾਰਿਆਂ ਨੇ ਵੇਖਿਆ ਨਹੀਂ ਸੀ ਤੇ ਬੜੀ ਦੁਹਾਈ ਪੈ ਗਈ ਉਹਨੇ ਜੀ ਲਹਿਣਾ ਸਿੰਘ ਨੇ ਜੀ ਬੜਾ ਵਧੀਆ ਮਕਾਨ ਹਾਂਜੀ ਹਾਂਜੀ ਪੱਕਾ ਛੱਤ ਤੋਂ ਤੇ ਚਾਦਰ ਛੱਤ ਜਾਂਦੀ ਫੱਟੀਆਂ ਪਾਈ ਦੀ ਉੱਤੇ ਬਾਲੇ ਪਾ ਕੇ ਨਾ ਫਿਰ ਉਹ ਫੱਟੀਆਂ ਪੱਲੇ ਵਿੱਚ ਚੀਜ਼ ਕਰੀ ਉੱਤੇ ਪਾ ਦਿੱਤੀ ਚਾਦਰ ਛੱਤ ਆਂਦੇ ਹੁੰਦੇ ਉਹਨਾਂ ਦੇ ਪੱਖਰ ਛੱਤ ਇਸ ਤਰ੍ਹਾਂ ਦਾ ਜੀ ਕਦਾ ਜ਼ਮਾਨਾ ਸੀ ਇਸ ਤਰ੍ਹਾਂ ਸੀ ਬਸ ਉਹ ਸਾਡੇ ਨਾਨਾ ਜੀ ਕੋਲ ਆਣ ਕੇ ਬਰੇਂ ਦਾ ਵਾਹ ਲੈਣਾ ਸਿੰਘ ਬੜਾ ਯਾਰ ਸੀ ਉਹਨਾਂ ਦਾ ਅੱਛਾ ਉਹ ਇੱਥੇ ਇਕੱਠੇ ਰਹਿੰਦੇ ਹੁੰਦੇ ਸਰ ਉਦੋਂ ਅੰਮ੍ਰਿਤਸਰ ਪਹਿਲੋਂ ਉਹਨਾਂ ਵੱਡਿਆ ਸੀ ਮਾਏ ਗੱਡੀ ਚ ਵੱਡੀ ਸੀ ਰੇਲ ਗੱਡੀ ਵੱਡੀ ਸੀ ਹਿੰਦੂਆਂ ਨੇ ਉਧਰ ਇਧਰ ਆਉਂਦੇ ਹਨ ਤੇ ਰੇਲ ਗੱਡੀ ਦੀ ਗੱਲ ਕਰਦੇ ਹਾਂ ਜੀ ਅੱਛਾ ਰੇਲ ਗੱਡੀ ਤਾਂ ਵੱਡੀ ਸੀ ਉਧਰ ਇਧਰ ਆਉਂਦੇ ਹਨ ਨਾ ਵੀ ਮੁਸਲਮਾਨ
ਉਹਨਾਂ ਨੂੰ ਡੱਕ ਕੇ ਤੇ ਉੱਥੇ ਗੱਡੀ ਵੱਡੀ ਇਹਦਾ ਮਸਲਾ ਨਹੀਂ ਪਤਾ ਲੱਗਾ ਪਾਕਿਸਤਾਨ ਦੀ ਗੱਡੀ ਜੀ ਆਈ ਉਹਨਾਂ ਦੇ ਕਲਪੇ ਹੋਣੀ ਸੀ ਤੇ ਜਦੋਂ ਪਤਾ ਲੱਗਾ ਤੇ ਫਿਰ ਇਹਨੇ ਵੀ ਮਟੂ ਜਿਹੜਾ ਕੋ ਲੱਭਾ ਮਾੜੇ ਮੋਟੇ ਵੱਡੇ ਵੀ ਸਾਡੇ ਪਿੰਡ ਅਸਲਾਮ ਅਲੈਕਮ ਸਜਣੋ ਤੇ ਮਿੱਤਰੋ ਮੈਂ ਤੁਹਾਡਾ ਵੀਰ ਮੁਹੰਮਦ ਨਵੀ ਤੁਸੀਂ ਵੇਖਦੇ ਪਏ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ ਨਜ਼ਰ 1947 ਦੇ ਵੰਡ ਵੇਲੇ ਦੀ ਪਾਰਟੀਸ਼ਨ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਕੋਲ ਬੁਰਾ ਹਾਜ਼ਰ ਹਾਂ ਬਜ਼ੁਰਗਾਂ ਨਾਲ ਗੱਲ ਕਰਾਂਗੇ 1947 ਟਾਈਮ ਦੇ ਜਦੋਂ ਸਿੱਖ ਸਰਦਾਰ ਹਿੰਦੂ ਖੱਤਰੀ ਰਹਿੰਦੇ ਸਨ ਇਸ ਪਿੰਡ ਦੇ ਵਸਨੀਕ ਨੇ ਬਜ਼ੁਰਗ ਮੇਰੇ ਨਾਲ ਬੈਠੇ ਹੋਏ ਮਾਸ਼ਾਅੱਲਾ ਦੋਵਾਂ ਦੀ ਵਾਵਾ ਉਮਰ ਹੈ ਤੇ ਇਹਨਾਂ ਪੁੱਛਿਆ ਸੀ ਕਿਹੜੇ ਸਿੱਖ ਹਿੰਦੂ ਖੱਤਰੀ ਕਿੰਨੇ ਮਜ਼ਬਾਂ ਦੇ ਲੋਕ ਰਹਿੰਦੇ ਹਨ ਤੇ ਕਿਵੇਂ ਇਹਦਾ ਆਪਸ 'ਚ ਪਿਆਰ ਮੁਹੱਬਤ ਸੀ ਕਿਵੇਂ ਕਿਵੇਂ ਗਏ ਕੀ ਲੜਾਈਆਂ 'ਚ ਝਗੜੇ ਹੁੰਦੇ ਹਨ ਕਿਵੇਂ ਰਹਿੰਦੇ ਹੁੰਦੇ ਹਨ ਘਰ ਬਾਰ ਕੀ ਸੀ ਔਰ ਕੀ ਕਾਰੋਬਾਰ ਕਰਦੇ ਸਨ ਪੁਰਾਣੀਆਂ 47 ਬਾਰੇ ਵਾਲੀਆਂ ਸਾਰੀਆਂ ਨਾਲ ਗੱਲਾਂ ਕਰਦੇ ਹਾਂ ਇਹ ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ ਅਸਲਾਮ ਅਲੈਕਮ ਜੀ ਵਾਲੇਕਮ ਸਲਾਮ ਜੀ ਆਪਣਾ ਨਾਂ ਕੀ ਮੇਰਾ ਨਾਂ ਅਬਦੁਲ ਗਫੂਰ ਹੈ ਜੀ ਤੇ ਆਪਣੇ ਵਾਲਦ ਸਾਹਿਬ ਦਾ ਮੇਰਾ ਵਾਲਦ ਸਾਹਿਬ ਜਿਹੜੇ ਉਹਨਾਂ ਦਾ ਨਿਜ਼ਾਮਦੀਨ ਸੀ ਨਿਜ਼ਾਮਦੀਨ ਦਾਦਾ ਜੀ ਦਾ ਕੀ ਨਾਂ ਸੀ ਦਾਦੇ ਮੇਰੇ ਦਾ ਨਾਮ ਮੁਹੰਮਦ ਬਖਸ਼ ਸੀ ਅੱਛਾ ਜੀ ਬਿਲਕੁਲ ਤੁਸੀਂ ਇੱਥੋਂ ਦੇ ਇੱਥੋਂ ਦੇ ਰਹਿਣ ਵਾਲੇ ਇੱਧਰ ਦੇ ਰਹਿਣ ਵਾਲੇ ਹਾਂ ਜੀ ਵਸਨੀਕ 1947 ਤੋਂ ਪਹਿਲਾਂ ਵੀ ਆਹੀ ਇੱਥੇ ਰਹੇ ਲੋਕ ਉਹਨਾਂ ਉਮਰ ਕਿੰਨੀ ਸੀ ਤੁਹਾਡੀ ਉਦੋਂ ਉਮਰ ਮੇਰੀ 13 ਸਾਢੇ 13 ਸਾਲ ਯਾਨੀ ਵਕਤ ਯਾਦ ਹੈ ਸਾਰਾ ਯਾਦ ਹੈ ਜੀ ਸਾਰਾ ਯਾਦ ਹੈ ਬਿਲਕੁਲ ਆਪਣਾ ਨਾਂ ਕੀ ਮੁਹੰਮਦ ਇਕਬਾਲ ਤੇ ਆਪਣੇ ਵਾਲਦ ਸਾਹਿਬ ਦਾ ਨਾਂ ਕੀ ਚੌਰੀ ਸੁਲਤਾਨ ਅਹਿਮਦ ਚੌਰੀ ਸੁਲਤਾਨ ਤੇ ਦਾਦਾ ਜਾਨ ਦਾ ਜਵਾਰਦੀਨ 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 ਅੱਛਾ ਅੱਛਾ ਆਪਣੀ ਜ਼ਾਤ ਕਿਹੜੀ ਅਰਾਈ ਅਰਾਈ ਆਪਣੀ ਉਮਰ ਕਿੰਨੀ ਹੋ ਗਈ ਬਾਬਾ ਜੀ ਮੇਰੀ ਉਮਰ ਹੁਣ 92 ਸਾਲ ਹੋ ਗਈ ਹੈ ਮਾਸ਼ਾਅੱਲਾ ਮਜ਼ੀਦ ਤੁਹਾਨੂੰ ਸਿਹਤ ਰੱਖੇ ਤੁਹਾਡੀ 92 ਸਾਲ ਹੋ ਗਈ ਮੈਂ ਬਗੈਰ ਅਣਕ ਦੇ ਕੁਰਾਨੇ ਪਾਕ ਪੜ੍ਹਦਾ ਸੀ ਅਜੇ ਬੜੀ ਗੱਲ ਬੜੀ ਗੱਲ ਮੈਂ ਹੁਣ ਪੜ੍ਹਦਾ ਹੀ ਆਇਆ ਮਾਸ਼ਾਅੱਲਾ ਅੱਛਾ ਬਜ਼ੁਰਗ ਜਿੱਥੇ ਬੈਠੇ ਆ ਜੀ ਇਹ ਪਿੰਡ ਕਿਹੜਾ ਹੈ ਦੁਗਰੀ ਹੁੰਦਲਾ ਦੁਗਰੀ ਹੁੰਦਲਾ ਹੁੰਦਲਾ ਦੁਗਰੀ ਹੁੰਦਲਾ ਇਹਦੇ ਨਾਲ ਨਾਲ ਕੋ ਦੋ ਚਾਰ ਗਵਾਂਢੇ ਪਿੰਡ ਦੱਸਿਆ ਜੀ ਕਿਹੜੇ ਕਿਹੜੇ ਚਰਵਿੰਡ ਹਾਂਜੀ ਈਸਾ ਹਾਂਜੀ ਚੱਕ ਅੱਗੇ ਆ ਪਾਸੇ ਚੱਕ ਰਾਜਾ ਇਹ ਪਾਸੇ ਅੱਗੇ ਆ ਗਿਆ ਲੱਗਣ ਨਵਾਂ ਪਿੰਡ ਇਹ ਕਮਾਲਪੁਰ ਚਿਸ਼ਤੀਆਂ ਦੇ ਨਾਲ ਇਹ ਪਿੰਡ ਆਇਆ ਹਮੇਸ਼ਾ ਇੱਕ ਅੱਗੇ ਦਾ ਛੋਟਾ ਪਿੰਡ ਕੰਢੇ ਦੇ ਉੱਤੇ ਦੇਖਦੇ ਤੇ ਇੱਥੇ ਤਹਿਸੀਲ ਕਿਹੜੀ ਪਸਰੂਰ ਪਸਰੂਰ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਜ਼ਿਲ੍ਹਾ ਸਿਆਲਕੋਟ ਅੱਛਾ ਸਹੀ ਹੋ ਗਿਆ ਬਜ਼ੁਰਗ ਇਹ ਪਿੰਡ ਜਿਹੜਾ ਇੱਥੇ ਨੰਬਰ ਦਾ ਕਿੰਨੇ ਹੁੰਦੇ ਆ 47 ਤੋਂ ਪਹਿਲਾਂ ਵਾਲੀ ਆਪਾਂ ਗੱਲ ਨਹੀਂ ਕਰਨੀ ਸਾਰੀ ਦੋ ਨੰਬਰ ਦਾ ਤੇ ਕਿਹੜੇ ਕਿਹੜੇ ਨੰਬਰ ਦਾ ਇੱਕ ਦਾ ਸਰਦਾਰ ਸਿੰਘ ਸੀ ਤੇ ਇੱਕ ਜਿਹੜਾ ਸੀ ਉਹ ਲਕਸ਼ਮਣ ਸਿੰਘ ਸੀ ਹਾਂਜੀ ਦੋਵੇਂ ਬਸ ਠੀਕ ਹੈ ਦੋਵੇਂ ਬੋਲਦੇ ਰਹੋ ਜਿਹਨੂੰ ਕੋਈ ਗੱਲ ਯਾਦ ਹੋਈ ਅੱਛਾ ਪੁਰਾਣੀਆਂ ਜਿਹੜੀਆਂ ਅੱਛਾ ਜੀ ਤੇ ਬਜ਼ੁਰਗ ਇੱਥੇ ਮੁਸਲਮਾਨ ਜਿਹੜੇ ਆਪਣੇ ਆ ਜੀ ਉਹ ਕਿਹੜੀ ਕਿਹੜੀ ਬਰਾਦਰੀ ਬੈਠੀ ਸੋਣ ਇੱਕ ਤਾਂ ਤੁਸੀਂ ਮਹਿਰ ਹੋਣੀ ਉਹ ਸੀ ਰਾਈ ਬਰਾਦਰੀ ਸੀ ਇੱਥੇ ਤੇ ਇੱਥੋਂ ਦੇ ਰਹਿਣ ਵਾਲੀ ਜਾਂ ਸਾਈ ਬਰਾਦਰੀ ਸੀ ਅਕਲੀਤੀ ਹਾਂਜੀ ਜਾਂ ਨਾਈ ਸਨ ਅੱਛਾ ਅੱਛਾ ਮਿਸਤਰੀ ਸਨ ਇੱਥੇ ਅੱਛਾ ਇਹੋ ਸੀ ਅਸੀਂ ਬਰਾਈਆਂ ਬਰਾਦਰ ਬਸ ਸਾਰੇ ਦਾ ਦੋ ਘਰ ਫਕੀਰਾਂ ਦੇ ਹਨ ਦੋ ਘਰ ਫਕੀਰਾਂ ਦੇ ਵੀ ਸਹੀ ਹੈ ਇੱਕ ਘਰ ਜੱਟਾਂ ਦਾ ਸੀ ਉਹ ਵੀ ਨਵਾਂ ਨਵਾਂ ਹੀ ਮੁਸਲਮਾਨ ਉਦੋਂ ਆਇਆ ਸੀ ਸਿੱਖੋ ਮੁਸਲਮਾਨ ਹੋਇਆ ਸੀ ਸਿੱਖਾਂ ਦੀਆਂ ਇੱਕ ਪੱਟੀ ਰਾਈਆਂ ਦੀ ਸੀ ਮਹਿਰਾਂ ਦੇ ਘਰ ਬਾਬਾ ਸਨ ਹਾਂਜੀ ਪੂਰੀ ਪੱਤੀ ਫਿਰ ਤਾਂ ਮਤਲਬ ਬਾਬਾ ਸਨ ਮਹਿਰ ਹਾਂਜੀ ਹਾਂਜੀ ਉਹਦੇ ਇਸ ਕਰਕੇ ਹਣ ਜੀ ਉਹ ਨੰਬਰ 10 12 ਬੰਦੇ ਆ ਰਾਈਆਂ ਦੇ ਤੇ ਉਂਝ ਤਗੜੇ ਹਨ ਸਿੱਖਾਂ ਨੂੰ ਮਾਰ ਕੁੱਟ ਵੀ ਲੈਂਦੇ ਹਨ ਤਗੜੇ ਹਨ ਰਾਈ ਫੁੱਲ ਵਜ ਗਿਆ ਸੀ ਤੁਹਾਡਾ ਹਾਂ ਹਾਂਜੀ ਸਹੀ ਹੈ ਤੇ ਬਜ਼ੁਰਗੋ ਆਪਣੇ ਪਿੰਡ ਦੇ ਵਿੱਚ ਮਸੀਤਾਂ ਆਪਣੀਆਂ ਕਿੰਨੀਆਂ ਹੁੰਦੀਆਂ ਮਸੀਤਾਂ ਉਦੋਂ ਇੱਕ ਹੀ ਸੀ ਇੱਕ ਮਸਜਿਦ ਜਦੋਂ ਹਿੰਦੂ ਗਏ ਤਾਂ ਫੇਰ ਦੂਜੀ ਬਣੀ ਸੀ ਇੱਕ ਹੀ ਮਸਜਿਦ ਸੀ ਪਹਿਲਾਂ ਇੱਕ ਹੀ ਮਸਜਿਦ ਤੇ ਇਹਨਾਂ ਦੇ ਕੋਈ ਗੁਰਦੁਆਰੇ ਇਹਨਾਂ ਦਾ ਗੁਰਦੁਆਰਾ ਵੀ ਕਾ ਸੀ ਲੈਂਦੇ ਪਾਸੇ ਇੱਕ ਹੀ ਥੋੜੀ ਜਿਹੀ ਹਰ ਜਗ੍ਹਾ ਥੋੜੀ ਦੋ ਤਿੰਨ ਘਰ ਬਾਹਮਣਾਂ ਦੇ ਹਨ ਉਹ ਦੁਕਾਨਾਂ ਕਰਦੇ ਹਨ ਬਾਕੀ ਸਿੱਖ ਹਨ ਤੇ ਯਾਰ ਆਈ ਹਨ
ਤੇ ਕਮੀ ਸਨ ਨਾਈ ਤੇ ਲੋਹਾਰ ਤੇ ਸਾਈ ਸ਼ੀਬੇ ਦੇ ਵੀ ਲੋਕ ਆਏ ਸਰਦ ਕੱਪੜੇ ਤੋਂ ਆਏ ਨੇ ਵੀ ਉਹ ਤੋਂ ਦਿੰਦੇ ਲੋਕੀ ਹੁਣ ਤੇ ਰਵਾਜ ਹੀ ਗਏ ਆਏ ਨੇ ਜੀ ਇਹ ਜੇ ਤੁਸੀਂ ਸੇ ਛੀਮੇ ਇਹ ਕੌਣ ਸੇ ਹਿੰਦੂਆ ਚੋ ਕੋਈ ਨਹੀਂ ਨਹੀਂ ਮੁਸਲਮਾਨ ਹਾਂ ਮੁਸਲਮਾਨ ਸਨ ਹਾਂਜੀ ਉਹਦੇ ਕੋਲ ਜਫਾ ਮਾਰਦੇ ਜਾਮ ਭਿਆਣੇ ਮੁੜ ਕੇ ਜੂ ਫਿਰ ਤੁਲੇ ਉਹਨੇ ਉਦੋਂ ਹੀ ਛੱਡਿਆ ਜੋ ਮਰ ਗਿਆ ਬੜਾ ਤਗੜਾ ਜਵਾਨ ਸੀ ਉਹ ਜੋ ਬਾਰਾਂ ਪਿੰਡ ਹਨ ਥੋੜੇ ਪਿੰਡ ਉਥੋਂ ਦੇ ਪੈਦਾ ਹੁੰਦੇ ਹਨ ਬੱਚੇ ਅਸਲ ਉਹ ਵਗਦੇ ਚੰਗੇ ਬੜੇ ਵਹਿਣੇ ਬੜੇ ਹੁੰਦੇ ਹਨ ਛੋਰੇ ਬੜੇ ਹੁੰਦੇ ਸਨ ਜਿਸ ਕਰਕੇ ਉਹ ਢੱਗਾ ਮਸ਼ਹੂਰ ਸਨ ਉਦੋਂ ਵਾਹੀ ਢੱਗਿਆ ਨਹੀਂ ਹੁੰਦੇ ਸੀ ਉਦੋਂ ਇਹਨਾਂ ਦੇ ਚਾਚਾ ਜੀ ਹਨ ਤੇ ਮੇਰੇ ਉਹ ਨਾਨਾ ਜੀ ਹਨ ਜਦੋਂ ਪੂਰੀ ਤਹਿਸੀਲ ਪਸੂਰ ਵਿੱਚ ਤਿੰਨ ਆਦਮੀ ਮੈਟ੍ਰਿਕ ਪਾਸ ਆਉਣ ਨਾ ਉਦੋਂ ਸਾਡੇ ਨਾਨਾ ਜੀ ਡੀ ਸੀ ਦੇ ਸਟੈਨੋਟਾਈਪਿਸਟ ਹਜੇ ਹਾਂਜੀ ਸਿਆਲਕੋਟ ਜਾਂਦੇ ਹੁੰਦੇ ਹਨ ਤੇ ਉੱਥੇ ਦੋ ਤਰ੍ਹਾਂ ਅਦਾਲਤਾਂ ਹਨ ਇਹ ਸਾਰੇ ਟੈਪ ਕਰ ਅੰਗਰੇਜ਼ੀ ਟੈਪ ਕਰਦੇ ਨਾ ਤੇ ਕੇਸ ਕੁਸ ਦੇ ਹਾਂਜੀ ਤੇ ਇਹ ਸਾਰੇ ਇਹੋ ਹੀ ਮੇਰੇ ਚਾਚੇ ਹੋਰੀ ਕਰਦੇ ਉਰਦੂ ਵੀ ਨਹੀਂ ਆਂਦੀ ਤਾਂ ਉਹਨੂੰ ਉਦੋਂ ਇੰਗਲਿਸ਼ ਆਂਦੀ ਜਾਨੀ ਪੜੇ ਸਮਾਓ ਪੜੇ ਨੂੰ ਹਾਂ ਮੈਟ੍ਰਿਕ ਪਾਸ ਆਣ ਕੇ ਮੈਟ੍ਰਿਕ ਹੀ ਪਾਸ ਹੋਣ ਤਹਿਸੀਲ ਪਸੂਰ ਚ ਤਿੰਨ ਆਦਮੀ ਮੈਟ੍ਰਿਕ ਪਾਸ ਆਣ ਇੱਕ ਉਹਨਾਂ ਨੂੰ ਬਾਹੂ ਆਂਦੇ ਹੁੰਦੇ ਹਨ ਇੱਕ ਬਾਹੂ ਅਟਲਾਈ ਨੰਗਲੀਆਂ ਦਾ ਤੇ ਨੰਗਲ ਮਿਰਜ਼ੇ ਦਾ ਤੇ ਇੱਕ ਬਾਹੂ ਅਲੀ ਅਹਿਮਦ ਸੀ ਬੂੜੇਕਿਆਂ ਦਾ ਤਿੰਨ ਆਦਮੀ ਮੈਟ੍ਰਿਕ ਪਾਸ ਆਣ ਪੂਰੀ ਤਹਿਸੀਲ ਪਸੂਰ ਚ ਨਾ ਜੀ ਉਦੋਂ ਕਿੱਥੇ ਪੜ੍ਹਾਈ ਹੁੰਦੀ ਸੀ ਆ ਈਸਾ ਪਿੰਡ ਉਹ ਸਾਡੇ ਪਿੰਡੋਂ ਖਤ ਪੜ੍ਹਾਉਣ ਆਉਂਦੇ ਹੁੰਦੇ ਹਨ ਯਾਨੀ ਖਤ ਸ਼ਤ ਕੇ ਆਉਣਾ ਉਦੋਂ ਚਿੱਠੀਆਂ ਆਉਂਦੀਆਂ ਹੁੰਦੀਆਂ ਹਨ ਹੁਣ ਤਾਂ ਹੈ ਹੀ ਨਹੀਂ ਤੇ ਅੱਛਾ ਆਪਣੇ ਬਜ਼ੁਰਗੋਂ ਹੁਣ ਗੱਲ ਕਰੀਏ ਥੋੜੀ ਸਿੱਖਾਂ ਦੀ ਇੱਥੇ ਜਿਹੜੇ ਸਿੱਖ ਰਹਿੰਦੇ ਸਨ ਨਾਂ ਨੂੰ ਕੀ ਸਨ ਉਹਨਾਂ ਦੇ ਨਾਂ ਉਹਨਾਂ ਦੇ ਇੱਕ ਮਧਾਵਾ ਲੱਕੜੀ ਸੀ ਇੱਕ ਵਰਿਆਮ ਸਿੰਘ ਸੀ ਇੱਕ ਉਹ ਇਹੋ ਜਿਹੜਾ ਪਾਡੀ ਜੀ ਨੂੰ ਆਉਂਦੇ ਹੁੰਦੇ ਹਨ ਗੰਡੂ ਪਾਡੀ ਗੰਡੂ ਪਾਡੀ ਗੰਡੂ ਪਾਡੀ ਵੇਲਾ ਸਿੰਘ ਵੇਲਾ ਸਿੰਘ ਇੱਕ ਲੈਣਾ ਸਿੰਘ ਇੱਕ ਹਰੀਆ ਸਿੰਘ ਤੇ ਨਾਸਰ ਨੰਦ ਦਰਬਾਰ ਸਿੰਘ ਹਾਂ ਕਰਤਾਰ ਦਰਬਾਰ ਕਰਤਾਰ ਉਹਦਾ ਪਿਆਰਾ ਸਿੰਘ ਸੀ ਇੱਕ ਇੱਕ ਫੌਜਾ ਸਿੰਘ ਹਾਂਜੀ ਇਹੋ ਜਿਹੇ ਨਾਲ ਉਹਨਾਂ ਦੇ ਸਹੀ ਸਿੱਖ ਜੋ ਹਨ ਸਿੱਖਾਂ ਵਾਲੇ ਨਾਂ ਰੱਖਣੇ ਹਨ ਨਾ ਸਰਦਾਰ ਜਿਹੜੇ ਜਿੰਨੇ ਵੀ ਸਿੱਖ ਨੇ ਉਹਨਾਂ ਨਾਲ ਸਿੰਘ ਲਾਉਂਦੇ ਨੇ ਹਾਂਜੀ ਆਪਣੇ ਨਾਂ ਦੇ ਨਾਲ ਲਿਖਦੇ ਸਿੰਘ ਨੇ ਹਾਂਜੀ ਭਾਵੇਂ ਜਿਹੜੇ ਮਰਜ਼ੀ ਸਾਡੇ ਦੋ ਤਿੰਨ ਵਾਰੀ ਆਏ ਦੇ ਥੋੜੇ ਦਿਨ ਹੋਏ ਨੇ ਤੇ ਮਹੀਨਾ ਸਰੇ ਮਾਸ਼ੀ ਜੀ ਆ ਮਹੀਨਾ ਨਹੀਂ ਹੋਇਆ ਮੇਰੇ ਨਹੀਂ ਮੱਥੇ ਲੱਗੇ ਤੇ ਤੇਰੇ ਨੇ ਮੱਥੇ ਲੱਗੇ ਮੇਰੇ ਕੋ ਚਲ ਗਿਆ ਉੱਥੇ ਤੇ ਜੇ ਹੁਣ ਆਏ ਸਾਡਾ ਦੋ ਜਣੇ ਇੱਕ ਨਾਲ ਦਾ ਟੱਬਰ ਵੀ ਸੀ ਹਾਂਜੀ ਤੇ ਨਾਲ ਹੈ ਸੀ ਕੌਮ ਦੇ ਘਮਿਆਰ ਸਨ ਉਹ ਘਮਿਆਰ ਵੀ ਸਨ ਸਾਡੇ ਪਿੰਡ ਦੋ ਘਰ ਸਿੱਖਾਂ ਦੇ ਘਮਿਆਰ ਵੀ ਸਨ ਦੋ ਕਿਤੇ ਘਰ ਹਾਂਜੀ ਵੀ ਸਿੱਖ ਸਨ ਅੱਛਾ ਆ ਗੰਡੂ ਘਮਿਆਰ ਹੋ ਰਹੀ ਆਣ ਕੇ ਆ ਗੰਡੂ ਯਾ ਦਾ ਨਾਮ ਦੇ ਆ ਦੇ ਕਮਾਂ ਇੰਜ ਹਾਂ ਜਿਵੇਂ ਸਾਡੇ ਮੁਸਲਮਾਨਾਂ ਦੀਆਂ ਹਾਂਜੀ ਕਿਉਂਕਿ ਸਾਡੇ ਜੀ ਘੁਮਿਆਰ ਮੁਸਲਮਾਨਾਂ ਜਿੱਥੇ ਹਾਂਜੀ ਹਾਂਜੀ ਉਹ ਜਿਹੜੇ ਭਾਂਡੇ ਬੰਦੇ ਆ ਪਸੂਰ ਆਖਰ ਆਏ ਦੇ ਤੇ ਜਿਹੜੇ ਸਿੱਖ ਸਨ ਬਾਬਾ ਜੀ ਹਾਂਜੀ ਤੇ ਜਿਹੜੇ ਸਿੱਖ ਸਨ ਜਾਤਾਂ ਕਿਹੜੀ ਕਿਹੜੀ ਦੇ ਹਾਂ ਇੱਥੇ ਹੁੰਦਲੀ ਹਨ ਹੁੰਦਲੀ ਸਨ ਜ਼ਿਆਦਾ ਹਾਂ ਹੁੰਦਲੀ ਸਨ ਜ਼ਿਆਦਾ ਅੱਛਾ ਸਾਰੇ ਹੀ ਹੁੰਦਾ ਹਨ ਕਿ ਸਾਰੇ ਹੀ ਹੁੰਦਾ ਤਦੇ ਨਾਂ ਟੁਕਰੀ ਹੁੰਦਾ ਦੀ ਪਿਆਦਾ ਕਿ ਅੱਛਾ ਅੱਛਾ ਸਾਰੇ ਹੁੰਦਲ ਸਨ ਇੱਥੇ ਤੇ ਇਥੇ ਜਿਹੜੇ ਖੱਤਰੀ ਬਾਹਮਣ ਐਵੇਂ ਦੇ ਵੀ ਆਏ ਹੋਣਗੇ ਉਹ ਇੱਕ ਰਾਮ ਲਾਲ ਸੀ ਇੱਕ ਲੱਖਾ ਸੀ ਲੱਖਾ ਉਹਨਾਂ ਦੇ ਦੋ ਹੱਟੀਆਂ ਕਰਦੇ ਹਨ ਬਾਬਾ ਜੀ ਕਿਹੜੀ ਹੱਟੀਆਂ ਭਲਾ ਕਾਦੀਆਂ ਆਏ ਆ ਕਿਰਿਆਨੇ ਦੀਆਂ ਆ ਜਿਹੜੀ ਹੁਣ ਨੇ ਹਾਂਜੀ ਆ ਉਹ ਦੁਕਾਨਾਂ ਛੋਟੀ ਜਿਹੀ ਕਿਰਿਆਨੇ ਦੀਆਂ ਉਹ ਸੁਣਿਆ ਉਹ ਖੱਤਰੀ ਜਿਹੜੇ ਨੇ ਉਹ ਉਧਾਰ ਵੀ ਦਿੰਦੇ ਹੁੰਦੇ ਆ ਸੂਤ ਨਹੀਂ ਉਹ ਇੱਥੇ ਕੋਈ ਆ ਮਿਲਕੀ ਚਾਹ ਪੁੰਦਾ ਹੀ ਕਿਲੇ ਦਾ ਉਹ ਦਿੰਦੇ ਹੁੰਦਾ ਸੂਦਰ ਸੂਦ ਪੈਸੇ ਤੂੜੀ ਤੋਂ ਜੀ ਲੈ ਜਾਣੀ ਨੇ ਬੁਖਤੀ ਦਾ ਝੁੱਗੀ ਜੀ ਹਾਂਜੀ ਤੇ ਦਾਣੇ ਵੀ ਸਾਰਾ ਸਾਮ ਕਮਾਂਦਰ ਹੀ ਨੇ ਆ ਤੇ ਅੱਜ ਕੱਲ ਆ ਕੇ ਤੇ ਜਦੋਂ ਬਾਰ ਆਉਣੀ ਉਹ ਜੋ ਜੋ ਕੀ ਹੁੰਦਾ ਉਹ ਤਾਂ ਫਿਰ ਵੀ ਨਹੀਂ ਲੈਂਦਾ ਸਾਡੇ ਤੋਂ ਪਹਿਲਾਂ ਹੀ ਸੀ
ਜਦੋਂ ਆਹਾ ਹੋਸ਼ਾਂਬਰੀ ਹੈ ਨਾ ਉਦੋਂ ਸਿੱਖਾਂ ਨੇ ਉਹਨਾਂ ਕੋਲ ਪੈਸੇ ਨਹੀਂ ਸਨ ਆਉਂਦੇ ਪਹਿਲਾਂ ਕਿਲਾ ਸੋਭਾ ਸਿੰਘ ਸੀ ਹੁਣ ਕਿਲਾ ਅਹਿਮਦਾਬਾਦ ਰੱਖਿਆ ਇੱਕ ਵਾਰੀ ਜਦੋਂ ਪਾਰਟੀਸ਼ਨ ਹੋਈ ਹੈ ਹੁਣ ਤੇ ਲੋਕ ਮਜ਼ਾਕ ਕਰਦੇ ਨੀ ਇੱਕ ਦੂਜੇ ਨਾਲ ਤੇ ਇੱਕ ਹਰੇ ਸ਼ਾਹ ਫਕੀਰ ਹੁੰਦਾ ਹੁੰਦਾ ਸੀ ਉਹਨੂੰ ਹਰੂ ਹਰੂ ਆਉਂਦੇ ਹੁੰਦੇ ਹਨ ਹਾਂਜੀ ਤੇ ਇੱਕ ਸਾਡਾ ਹੀ ਮਾਮਾ ਲੱਗਦਾ ਸੀ ਇਹਨਾਂ ਦਾ ਭਰਾ ਸੀ ਵੱਡਾ ਦੁੱਲਾ ਸੀ ਉਹਦਾ ਨਾਂ ਅਬਦੁੱਲਾ ਤੇ ਪੂਰੀ ਤਹਿਸੀਲ ਉਹਦੇ ਨਾਲ ਵਾਲੀ ਕੋਈ ਨੀ ਚੁੱਕ ਸਕਦਾ ਤਗੜਾ ਏਡਾ ਜਵਾਨ ਸੀ ਬੜਾ ਤਗੜਾ ਸੀ ਉਹਨੂੰ ਆਉਂਦਾ ਹਰੇ ਸ਼ਾਹ ਵੇਖ ਭੋਲੇ ਚ ਦਾਣੇ ਹੈ ਨਾ ਤੇ ਉਹਨੇ ਪਿੱਛੋਂ ਚੱਡੀ ਹੱਥ ਦੇ ਕੇ ਵਿੱਚ ਖਲਾ ਕਰ ਛੱਡਿਆ ਮਖਰੂਕੀ ਸ਼ਕਲ ਦੇ ਹੁੰਦੇ ਹਨ ਇੰਨਾ ਸਾਰਾ ਮੂੰਹ ਦਾ ਸੀ ਉਹ ਸਾਰਾ ਗਾਂ ਸਿਰ ਕਰਕੇ ਤਾਂ ਲਗਾ ਦਾਣੇ ਵੇਖਣ ਉਹਨੇ ਪਿੱਛੇ ਲੱਤਾਂ ਚੁੱਕੇ ਮਖਰੂਕੀ ਸ਼ਕਲ ਦੇ ਹੁੰਦੇ ਹਨ ਨਾ ਭੋਲੇ ਮਿੱਟੀ ਦੇ ਤੇ ਉਹ ਅਗਲੇ ਦਿਨ ਹੱਥ ਪੈਰ ਵਿੱਚ ਹੀ ਰਿਹਾ ਅਗਲੇ ਦਿਨ ਲੋਕ ਲੁੱਟ ਮਾਰ ਕਰਨ ਗਏ ਉੱਥੋਂ ਗੁਰਦੀ ਆਵਾਜ਼ ਆਏ ਬਰਦਾਸ਼ਤ ਦਾ ਮਾਦਾ ਹੀ ਖਤਮ ਹੋ ਚੁੱਕਾ ਦਾ ਨਹੀਂ ਉਦੋਂ ਤਾਂ ਖੇਡ ਦਿੰਦੇ ਅਸੀਂ ਬਾਹਰ ਐਸਾ ਮੁੰਡਿਆਂ ਨੂੰ ਖੇਡਣਾ ਮਿਲਦਾ ਕਈ ਵਾਰੀ ਇੱਥੇ ਮੰਜੀ ਚੁੱਕਣੀ ਦੇ ਸੁੱਤਾ ਚੁੱਕਣੀ ਡਿੱਗ ਜਾਗ ਡਾਗ ਤੇ ਆਪੇ ਟੁਰੇ ਹੋਣਾ ਜਾਂ ਮੰਦੀ ਬੁੰਦੀ ਮਾਰ ਕੇ ਨਾ ਉੱਥੇ ਉੱਥੇ ਦੋ ਦੋ ਮੁੰਡੇ ਪੈ ਰਹੇ ਨੇ ਉਹਨੇ ਥੱਲੇ ਪਿਆ ਮੈਂ ਕਿਹਾ ਜੇ ਇਹ ਮਜ਼ਾਕ ਖੁੱਲੇ ਨਹੀਂ ਜੀ ਹੁਣ ਤਾਂ ਉਹ ਜ਼ਮਾਨਾ ਹੀ ਹੁਣ ਮਕਨ ਬਦਲ ਗਿਆ ਨਾ ਇਹ ਵੀ ਨਹੀਂ ਲੈਣਾ ਤੇ ਬਿਲਕੁਲ ਘਰ ਬਾਹਰ ਉਦੋਂ ਕਿਵੇਂ ਹੁੰਦੇ ਆ ਹੁਣ ਤੇ ਬੜੇ ਕੋਠੀਆਂ ਮਾਸ਼ਾਅੱਲਾ ਉਦੋਂ ਕੱਚੇ ਘਰ ਹਾਂ ਮਿੱਟੀ ਦੇ ਜੀ ਸਾਰੇ ਮਿੱਟੀ ਦੇ ਹਾਂਜੀ ਇੱਥੇ ਸਾਡਾ ਉਹ ਜਿਹੜਾ ਮੈਂ ਦੱਸਦਾ ਨਾ ਬੰਦਾ ਬਾਹਰਲਾ ਉਹਨੇ ਕਸੋਰ ਕੇ ਵਾਹਣ ਚ ਮਾਰ ਛੱਡਿਆ ਸੀ ਉਹ ਗਿਆ ਕਿਤੇ ਅੰਮ੍ਰਿਤਸਰ ਦੀ ਮੰਡੀ ਉੱਥੇ ਸ਼ਹਿਰ ਸੀ ਪੱਕੇ ਮਕਾਨ ਹੋਣੇ ਨੇ ਤੇ ਉਹ ਆਪਣੇ ਪਿਓ ਨੂੰ ਆਉਂਦਾ ਬਾ ਇੱਥੇ ਸਮੀਤਾਂ ਹੀ ਸਮੀਤਾਂ ਨੇ ਮਸੀਤ ਨੂੰ ਸਮੀਤ ਹਾਂਜੀ ਉਦੋਂ ਪੱਕੀਆਂ ਮਸੀਤਾਂ ਹੀ ਹੁੰਦੀਆਂ ਹਨ ਮਕਾਨ ਕੱਚੇ ਹੀ ਹੁੰਦੇ ਅੰਗਰੇਜ਼ ਹਾਂਜੀ 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 ਉਹ ਜੀ ਕਿਸੇ ਮੁਸਲਮਾਨ ਨੂੰ ਕਿਸੇ ਵੀ ਇੱਧਰ ਇੰਡੀਆ ਦੇ ਬੰਦੇ ਨੂੰ ਉਹ ਅੱਗੇ ਨਹੀਂ ਆਉਣ ਦਿੰਦੇ ਸਾਡੇ ਇੱਥੇ ਇੱਕ 12 ਜਮਾਤਾਂ ਪੜ੍ਹਿਆ ਸੀ ਹਿੰਦੂ ਮੁੰਡਾ ਅੱਛਾ ਸਿੱਖ ਯਾਨੀ ਹੈ ਤਾਂ ਉਹਨੂੰ ਸਿਪਾਹੀ ਰਿਹਾ ਸੀ ਉਸ ਜ਼ਮਾਨੇ 'ਚ 12 ਪੜ੍ਹਿਆ ਸੀ ਯਾਦ ਕੁਨਾ ਜੀ ਨਾਂ ਕੀ ਸੀ ਯਾਦ ਉਹਦਾ ਨਾਂ ਸੀ ਕਿਸ਼ਨ ਸਿੰਘ ਕਿਸ਼ਨ ਸਿੰਘ ਲੈਣੇ ਸਿੰਘ ਦਾ ਮੁੰਡਾ ਸੀ ਅੱਛਾ ਅੱਛਾ ਤੇ ਇੱਥੇ ਉਹਨੇ ਹੀ ਪੜ੍ਹਾਇਆ ਸੀ ਭਰ ਪਿੱਟ ਕੇ ਹਾਂਜੀ ਤੇ ਫੌਜ 'ਚ ਭਰਤੀ ਆਏ ਤੇ ਸਿਪਾਹੀ ਭਰਤੀ ਆਇਆ ਇਹ ਜਿਹੜੇ ਨਾ ਹਿੰਦੂ ਮਾਰ ਜਾਵੇ ਅੰਗਰੇਜ਼ ਇਹ ਨਹੀਂ ਇੱਧਰ ਇੰਡੀਆ ਦੇ ਆਦਮੀ ਨੂੰ ਅੱਗੇ ਨਹੀਂ ਆਉਂਦੀ ਇਹਨੇ ਅਫਸਰ ਟ੍ਰੈਪ 'ਚੋਂ ਕਿਤੇ ਨਹੀਂ ਜਾਣ ਦੇਣਾ ਉਹਨਾਂ ਜਿਹੜੇ ਹੈ ਨਾ ਇੰਡੀਆ ਦੇ ਮਤਲਬ ਉਹਨੂੰ ਸਾਰੇ ਨੂੰ ਹਿੰਦੁਸਤਾਨ ਹੀ ਉਦੋਂ ਆਉਂਦੇ ਹਨ ਨਾ ਸਾਰੇ ਇਹ ਵੀ ਉਦੋਂ ਹਾਂਜੀ ਬੰਦਿਆਂ ਨੂੰ ਕੋਈ ਮੁਸਲਮਾਨ ਹੋਏ ਕੋਈ ਈਸਾਈ ਹੋਏ ਕੋਈ ਹਿੰਦੂ ਹੋਏ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ ਅੰਗਰੇਜ਼ ਬੜੀ ਤਸਬ ਕੌਮ ਸੀ ਇਹ ਹਾਂਜੀ ਤੇ ਬਾਬਾ ਜੀ ਪੂਰੇ ਪਿੰਡ ਵਿੱਚ ਘਰ ਕਿਸੇ ਦਾ ਪੱਕਾ ਨਹੀਂ ਸੀ ਨਹੀਂ ਇਹ ਕਦਾ ਹੈ ਹੀ ਉਹ ਨਹੀਂ ਕੁਝ ਵੀ ਨਹੀਂ ਸੀ ਜੀ ਸਾਡਾ ਚਾਚਾ ਸੀ ਹਾਂਜੀ ਉਹਨਾਂ ਕੱਢੇ ਤੇ ਉਹਨਾਂ ਦਾ ਘਰ ਸੀ ਥੋੜਾ ਜਿਹਾ ਇੰਨਾ ਕੁ ਤੇ ਕੌਵੇ ਕੱਢੇ ਦੇ ਪਿੱਛੇ ਵੀ ਤੇ ਅੱਗੇ ਵੀ ਕੌਵੇ ਕੱਢੇ ਤੋਂ ਸਟੇਜੇ ਪਾਈ ਦੀਆਂ ਸਟੇਜੀਆਂ ਪਾਈ ਦੀਆਂ ਇੱਕ ਪਾਸੇ ਥੋੜੀ ਜਿਹੀ ਨਾ ਕੰਧ ਇੱਕ ਐਵੇਂ ਇੰਨੀ ਸਾਲ ਜਿੰਨੀ ਕਹਿ ਪੱਥਰ ਨੇ ਇੰਨਾ ਸਾਰਾ ਕੰਧ ਕਢਾਈ ਸਖਾਇਆ ਹੋਇਆ ਪਾਸੇ ਇਹ ਕਿਸੇ ਲਹਿਣਾ ਸਿੰਘ ਸੀ ਉਹਨੇ ਜੀ ਕੱਚਾ ਹੀ ਸੀ ਘਰ ਤੇ ਅੱਗੇ ਬਰਾਂਡਾ ਜਿਹੜਾ ਇਹਦਾ ਹੁਣ ਤੇ ਐਸਾ ਹੀ ਡਾਟ ਲਾਉਂਦੇ ਉਦੋਂ ਗੋਲ ਡਾਟ ਲਾਉਂਦੇ ਹਨ ਪੌੜੀ ਚਾੜੀ ਸੀ ਵਿਚਾਰਿਆਂ ਨੇ ਵੇਖਿਆ ਨੀ ਸੀ ਤੇ ਬੜੀ ਦਵਾਈ ਪੈ ਗਈ ਉਹਨੇ ਜੀ ਲਹਿਣਾ ਸਿੰਘ ਨੇ ਜੀ ਬੜਾ ਵਧੀਆ ਮਕਾਨ ਪੱਕਾ ਛੱਤ ਚਾਦਰ ਛੱਤ ਫੱਟੀਆਂ ਪਾਈ ਦੀਆਂ ਉੱਥੇ ਬਾਲੇ ਪਾ ਕੇ ਨਾ
ਫਿਰ ਉਹ ਫਟਿਆ ਪੱਲੇ ਵਿੱਚ ਚੀਜ਼ ਗਰੀ ਉੱਤੇ ਪਾ ਦਿੱਤੀ ਚਾਦਰ ਛਾਤਾਂ ਦੇ ਹੁੰਦੇ ਉਹ ਉਹਦੇ ਪੱਖਰ ਛਾਤਾਂ ਪੱਖਰ ਅਸੀਂ ਸਾਡੇ ਵਾਲੇ ਤੋਂ ਪੱਖਰ ਕਹਿੰਦੇ ਹੈ ਪੱਖਰ ਆ ਪੱਖਰੀ ਆ ਪੱਖਰ ਛਾਤੀ ਕਹਿੰਦੇ ਹੁੰਦੇ ਉਹਨਾਂ ਨੂੰ ਕਿ ਪੱਖਰ ਪਾਇਆ ਦਾ ਉੱਤੇ ਅੱਛਾ ਅੱਛਾ ਐਸਾ ਬਾਜੀ ਕਦਾ ਜ਼ਮਾਨਾ ਸੀ ਇਸ ਤਰ੍ਹਾਂ ਸੀ ਬਸ ਉਹ ਸਾਡੇ ਨਾਨਾ ਜੀ ਕੋਲ ਆਣ ਕੇ ਬਰਿੰਦਾ ਵਾਹੀ ਲੈਣਾ ਸਿੰਘ ਬੜਾ ਯਾਰ ਸੀ ਉਹਨਾਂ ਦਾ ਅੱਛਾ ਉਹ ਇੱਥੇ ਇਕੱਠੇ ਰਹਿੰਦੇ ਹੁੰਦੇ ਸਰ ਸਾਡੇ ਕੋਲ ਚੱਲਦੇ ਆ ਜਦੋਂ ਸਾਡੇ ਵੱਡੇ ਕਿਹਾ ਕੋਈ ਸਾਡੇ ਕੋਲ ਵੀ ਸਾਡੇ ਵੱਡੇ ਕਿਹਾ ਕੋਲ ਸਾਡੇ ਵੱਡਕੇ ਜਿਹੜੇ ਆ ਨਾ ਤੁਸੀਂ ਤਾਂ ਉਹ ਬੱਚੇ ਜਿਵੇਂ ਆ ਉਹ ਹੀ ਤੇ ਇਸੇ ਹੁੰਦੇ ਜਦੋਂ ਸਾਡਾ ਬੱਚੇ ਹੀ ਹੋਰ ਕੀ ਮਾਂ ਪਿਓ ਵਾਸਤੇ ਸਾਡੇ ਜਿਹੜੇ ਵੱਡਕੇ ਆ ਨਾ ਰਾਈਆਂ ਦੇ ਹਾਂਜੀ ਬੰਦੇ ਤਾਂ ਥੋੜੇ ਹਨ ਜੋ ਜਵਾਨ ਹਨ ਚੰਗੇ ਜਵਾਨ ਚੰਗੇ ਹਨ ਇੱਥੇ ਇੱਕ ਵਾਰੀ ਤਾਂ ਮਾਰ ਕਟਾਈ ਕਰਦੇ ਹਨ ਇਹ ਬਾਏ ਸਿੱਖ ਜਿਹੜੇ ਹਨ ਨਾ ਇਹ ਛਟਕਾ ਕਰਦੇ ਹਨ ਬੱਕਰਾ ਖਲਾਰ ਕੇ ਤੇ ਉੱਤੋਂ ਤਲਵਾਰ ਨੂੰ ਸਿਰ ਲਾ ਹਟਦੇ ਹਨ ਹਾਂ ਇੱਕ ਵਾਰ ਕੀਤਾ ਇਹਨਾਂ ਨੂੰ ਪਤਾ ਲੱਗ ਗਿਆ ਸਾਡੇ ਵੜੇਖਿਆਂ ਨੂੰ ਇਹਨਾਂ ਫੜ ਕੇ ਨਾ ਬੱਚੀ ਸਾਡੇ ਆਪਣੇ ਕੋਲ ਹੀ ਸੀ ਇਹ ਬਈ ਖੋਖਰਾ ਕੋ ਸੀ ਆ ਹਾਂਜੀ ਹਾਂਜੀ ਉਦੋਂ ਬੱਚਾ ਲਿਆ ਗਿਆ ਗੁਰਦੁਆਰੇ ਦੇ ਅੱਗੇ ਗਾਂ ਦਾ ਆਹੋ ਗਾਂ ਵੀ ਪੂਜ ਜਾ ਉਹਦੇ ਗੁਰਦੁਆਰੇ ਦੇ ਬੁੱਧ ਅੱਗੇ ਫਿਰ ਤਾਂ ਟਾਲੇ ਅੱਛਾ ਤੇ ਐਵੇਂ ਉਹਨੂੰ ਦੱਸਣਾ ਇਹਨੇ ਕਿ ਤੇ ਤਰਲੇ ਪਾਣ ਤੇ ਕੋ ਹਾਲ ਕਰ ਦੱਖ ਲੈ ਗਿਆ ਇਹਨਾਂ ਨੇ ਗੁੱਸਾ ਕੀਤਾ ਕਿ ਤੂੰ ਝਟਕਾ ਕੀਤਾ ਅਸੀਂ ਹੁਣ ਗਾਂ ਹਾਂਜੀ ਹਾਂਜੀ ਅਸੀਂ ਹਲਾਲ ਕਰਨੇ ਆ ਹਲਾਲ ਕਰਨੇ ਆ ਯਾਨੀ ਉਹ ਬੁਕਾ ਕੇ ਫਿਰ ਹਲਾਲ ਲੱਗੇ ਤੇ ਕਰਨਾ ਹੋ ਇਧਰ ਮਤਲਬ ਹੈ ਗਾਂ ਨੂੰ ਹਲਾਲ ਕਰਨਾ ਉਹ ਮਜ਼ਬੀ ਸਮਝਦੇ ਹਨ ਨਾ ਯਾਨੀ ਉਹ ਪਤਾ ਪੁੱਛਦੇ ਇਹਨਾਂ ਨੂੰ ਗਾਂ ਹਾਂਜੀ ਇਹ ਸਾਡੇ ਕਿਉਂ ਕਰ ਲੱਗੇ ਹਾਂਜੀ ਤੋਤੇ ਹੱਥ ਜੋੜੇ ਤੇ ਕੋ ਹਲਾਲ ਕਰਨਾ ਜੂ ਜੂ ਤੜਫੇ ਦਾ ਤੇ ਇਸ ਕੋ ਹੋਰ ਧੱਕਾ ਦੇ ਉਹਨੂੰ ਕਿਹੜੇ ਹਲਾਲ ਨਾ ਕਰਨੀ ਸੀ ਹਾਂਜੀ ਤੇ ਉਹ ਆਏ ਗਾਈ ਜਿਹੜਾ ਤੇ ਸਾਰੇ ਜਿਹੜਾ ਵਾਖ ਗਿਆ ਫਿਰ ਇੱਕ ਵਾਰੀ ਮਾਫੀ ਦੇਖ ਲੋ ਇੱਕ ਵਾਰੀ ਮਾਫੀ ਦੇਖ ਲੋ ਇੰਦਾ ਅਸੀਂ ਨਹੀਂ ਇਹ ਕੰਮ ਕਰਦੇ ਤੇ ਨਹੀਂ ਆਣੇ ਕੀਤਾ ਬਿਲਕੁਲ ਉਦੋਂ ਪਾਣੀ ਵਾਸਤੇ ਨਲਕੇ ਨੂੰ ਕਈ ਹੁੰਦੇ ਹਾਂ ਜਾਂ ਖੂਹੀਆਂ ਸੀ ਨਹੀਂ ਖੂਹੀਆਂ ਖੂਹੀਆਂ ਹੁੰਦੀਆਂ ਖੂਹੀਆਂ ਪਿੰਡ ਦੇ ਵਿੱਚ ਹੁਣ ਚਾਰ ਖੂਹੀਆਂ ਅੱਛਾ ਇੱਕ ਉੱਪਰਾਂ ਸੀ ਤੇ ਇੱਕ ਪਹਾੜ ਮਹੱਲੇ ਸੀ ਤੇ ਦੋ ਇੱਥੇ ਹਨ ਸਾਡੇ ਮਹੱਲੇ ਇੱਕ ਤੋਂ ਮੁਸਲਮਾਨ ਭਰਦੇ ਹਨ ਇੱਕ ਤੋਂ ਹਿੰਦੂ ਭਰਦੇ ਹਨ ਮੁਸਲਮਾਨਾਂ ਦੀ ਆਪਣੀ ਵੱਖਰੀ ਸੀ ਹਾਂਜੀ ਉਥੇ ਉਹ ਚਿਰਖਣੀ ਲੱਗੀ ਹੋਈ ਨਹੀਂ ਉਹ ਸਾਰਾ ਸਹੀ ਦੂਤਾ ਗਈ ਜੀ ਸਹੀ ਲੱਕੜੀ ਨਾ ਜੀ ਸਹੀ ਫਟਿਆ ਉਹਦੇ ਹੱਥ ਦੇ ਦਿੰਦੇ ਹਣ ਉਹ ਤੋਂ ਪਿਆਰ ਰੱਖਣਾ ਕਿ ਮਨ ਤੇ ਰੱਖਣਾ ਤੇ ਥੱਲੇ ਘੜਾ ਫੜ ਕੇ ਖਿੱਚ ਲੈਣਾ ਅਸਰੀ ਅੰਦੇ ਪਾਣੀ ਸਿਆਲਕੋਟ ਦਾ ਇੱਧਰ ਦਾ ਬੜਾ ਵਧੀਆ ਹੁੰਦਾ ਕਦੀ ਜੋ ਹਾਂਜੀ ਹਾਂਜੀ ਪਾਣੀ ਬਹੁਤ ਹੀ ਸਾਫ ਬੜਾ ਵਧੀਆ ਉਹ ਨਹੀਂ ਸੁਣੀ ਮੇਰਾ ਰਾਵੀ ਮਿਰਜ਼ੇ ਨੇ ਆਖਿਆ ਮੇਰਾ ਰਾਵੀ ਮਤਲਬ ਗਰੀਬ ਦਾ ਜਿੱਥੇ ਹਾੜ ਵਗੇ ਵਗ ਵੈਣ ਜਿਹੜੇ ਪਾਣੀ ਪੈਂਦੇ ਡੇਗ ਦਾ ਮਜ਼ਾ ਹੌਸ ਕੌਸਰ ਦਾ ਲੈਣ ਇਹ ਪੰਜਾਬੀਆਂ ਦਾ ਪਾਣੀ ਜਿਹੜਾ ਨਾ ਬਹੁਤ ਸੁਸਰਾ ਹੁਣ ਨਹੀਂ ਤੇ ਬਜ਼ੁਰਗੋ ਆਪਣੀ ਮਸਜਿਦ ਜਿੱਥੇ ਤੁਸੀਂ ਵਜ਼ੂ ਵੀ ਕਰਦੇ ਹੋਣਗੇ ਆਪਣੇ ਵੱਡੇ ਵਿੱਚ ਤੁਸੀਂ ਬਾਲ ਤੋਂ ਛੋਟੇ ਕੀ ਜਾਣਾ ਹਾਂਜੀ ਉਦੋਂ ਇੱਕ ਟੈਂਕੀ ਜੀ ਬਣੀ ਜੀ ਸੀ ਤੇ ਚੰਮ ਦਾ ਇੱਕ ਉਹੀ ਜਿਹੜਾ ਵੱਡਾ ਬੋਕਾ ਜਿਹਾ ਉਹਨਾਂ ਨੇ ਕੱਢ ਕੇ ਟੈਂਕੀ ਜੀ ਭਰਦੇ ਹਨ ਤੇ ਉੱਥੋਂ ਲੋਕ ਵਜ਼ੂ ਕਰਦੇ ਹਨ ਕੁਝ ਲਾਏ ਹੋਏ ਕੋਈ ਸਾਫ ਅੱਗੇ ਹਾਂਜੀ ਅੱਛਾ ਉੱਥੋਂ ਲੋਕ ਵਜ਼ੂ ਕਰਦੇ ਇਹਨਾਂ ਦੇ ਜਿਹੜੇ ਗੁਰਦੁਆਰੇ ਸਨ ਹਾਂਜੀ ਗੁਰਦੁਆਰਾ ਬਰਾਏ ਨਾਮ ਹੀ ਉੱਥੇ ਵੀ ਨਹੀਂ ਕਬਰਾ ਜਾ ਕੇ ਸੀ ਕੁਝ ਵੀ ਨਹੀਂ ਕੋਈ ਡਾ ਬਹੁਤ ਸ਼ੁੱਧ ਨਹੀਂ ਕੋਈ ਕੋਈ ਬਣਾਈ ਨਾ ਕੋਈ ਖਾਈ ਕੋਈ ਤਾਂ ਬਣੀ ਨਹੀਂ ਕੋਲ ਉਹ ਬਹੁਤ ਸ਼ੁੱਧ ਨਹੀਂ ਉਹਦੇ ਪਤਾ ਨਹੀਂ ਅੰਦਰ ਖਾਤੇ ਕੋ ਥੋੜਾ ਬਹੁਤਾ ਕਿਹਦਾ ਖਿਆਲ ਹੈ ਭਈ ਆ ਕੋ ਛੋਟਾ ਛੋਟਾ ਮੋਟਾ ਹੀ ਕਰਦੇ ਹਨ ਅੱਲਾ ਅੱਲਾ ਆਪਣੇ ਮਜ਼ਹਬ ਤਾਂ ਆਪਣੀ ਸਾਰੀ ਬਾਤ ਜੋ ਨਾ ਹਾਂਜੀ ਜੋ ਨਾ ਮਜ਼ਹਬ ਹਾਂਜੀ ਅੱਛਾ ਤੇ ਬਜ਼ੁਰਗੋ ਇੱਥੇ ਕੋਈ ਹੁਣ ਤਾਂ ਸਾਡੀ ਮਸ਼ੀਨਾਂ ਨਾ ਅਸੀਂ ਆਟਾ ਹੀ ਪਿਆਕ ਲੈਨੇ ਆ ਹਾਂਜੀ ਜਿਸ ਬਜ਼ੁਰਗ ਜੋ ਬੱਚੇ ਲਿਆਉਂਦੇ ਨਾ ਹਾਂਜੀ ਉਹਨੂੰ ਐਵੇਂ ਚੱਕੀਆਂ ਪਿੰਡ ਜਾਈਆਂ ਖਰਾਸ ਹੁੰਦੇ ਹਨ ਨਹੀਂ ਆਹ ਖਰਾਸ ਹੁੰਦੇ ਹਨ ਜਿਹੜਾ ਦੇਖਣ ਤਰਾ ਇਹਦੇ ਹਾਂ ਖਰਾਸ ਲੁਹਾਰਾਂ ਦੇ ਮੁਸਲਮਾਨ ਲੁਹਾਰਾਂ ਦੇ ਹਾਂਜੀ ਅੱਛਾ ਤਿੰਨ ਸਨ ਹਾਂਜੀ ਤੇ ਉਹ ਜਿਉਂ ਜਿਉਂ ਖਤਮ ਹੋਏ ਨੇ ਖਤਮ ਹੋ ਗਏ ਨੇ ਹੁਣ ਹੁਣ ਮਸ਼ੀਨਾਂ ਨੇ ਫਿਰ ਅਸੀਂ ਸੁਝਾਦਿਆਂ ਪਿਆਸ ਕੇ ਲਿਆਉਂਦੇ ਰਹੇ ਹਾਂ ਦਾਣੇ ਉਹ ਬੜੀ ਦੂਰੇ ਇੱਥੋਂ ਦੋ ਕੋ ਪੈਂਦਾ ਚੰਗਾ ਉੱਥੋਂ ਪਿਆਸ ਕੇ ਲਿਆਉਂਦੇ ਤੇ ਇੱਕ ਕਬੂਤਰੋਂ ਲਿਆਉਂਦੇ ਹਾਂ ਜਾਂ ਕਬੂਤਰੋਂ ਲਿਆਉਂਦੇ ਹਾਂ ਜਾਂ ਮਾਲਪੁਰੋਂ ਤੇ ਜਦੋਂ ਮੇਰੇ ਵੱਡੇ ਭਰਾ ਦੀ ਸ਼ਾਦੀ ਸੀ ਇੱਥੇ ਇੱਕ ਨਾਈ ਮੁੰਡਾ ਮੇਰੇ ਵਾਂਗ ਜੀ ਬੁੱਢਾ ਹੋ ਗਿਆ ਇੱਕੋ ਦਿਨ ਦੀ ਇੱਕੋ ਘੜੀ ਦੀ ਪੈਦਾਇਸ਼ਾਂ ਸੀ ਦੋਏ ਉਹ ਦਿਨ ਕੋਈ ਉਹ ਟਾਈਮ ਦੇ ਹਾਂਜੀ ਇੱਕੋ ਟਾਈਮ ਦੇ ਤੇ ਅੱਧੀ ਮਾਣੀ ਉਹ ਚੁੱਕਦਾ ਸੀ ਮੁੰਜੀ ਤੇ ਅੱਧੀ ਮਾਣੀ ਮੈਂ ਚੁੱਕਦਾ ਉਸ ਤੋਂ ਛੁਡਾ ਕੇ ਲਿਆਉਂਦੇ ਹਾਂਜੀ ਸੁਝਾਉਂਦੇ ਹਾਂ ਹਾਂਜੀ ਅਸੀਂ ਤਾਂ ਹੁਣ ਦੁਕਾਨ ਤੇ ਵੀ ਜਾਣਾ ਮੋਟਰਸਾਈਕਲਾਂ ਤੇ ਜਾਂਦੇ ਮੈਂ ਤੁਹਾਨੂੰ ਦੱਸਣਾ ਇੱਕ ਵਾਰੀ ਅਸੀਂ ਸਾਡੀ ਇੱਕ ਨੈਣ ਵਿਆਹੀ ਸੀ ਸਾਡੇ ਗੁਆਂਢ ਹੀ ਹਨ ਘਰ ਉਹਨਾਂ ਦਾ ਤੇ ਉਹ ਆਈ ਉਹਨੂੰ ਕਿਤਾਬੇ ਕਰ ਦਿੰਦੇ ਆ ਜੇਠ ਹਾੜ ਚ ਹੁਣ ਤੇ ਪੱਠੇ ਹੀ ਨਹੀਂ ਨਾ ਮੁੱਕਦੇ ਤੇ ਉਹ ਆਈ ਇਸ ਮੇਰੀ ਮੈਂ ਕਿਤਾਬਾਂ ਕਰਨ ਡਿਆ ਮਈਆਂ ਨੂੰ ਤੇ ਮੇਰੀ ਹਵੇਲੀ ਚ ਲੰਘ ਆਈ ਆਂਦੀ ਜੀ ਭਾ
ਤੁਸੀਂ ਵੇਖੋ ਅੱਗ ਤਾਵੇ ਕਰਨ ਦੇ ਸਾਡੀ ਐਡੀ ਕੋ ਗਾਂ ਹੈ ਤੂੜੀ ਖਣੋ ਮਰ ਚਲੀ ਗਈ ਤੋ ਆਹੀ ਇੱਕ ਦਾ ਭਰਾ ਹੀ ਮਨੀਰ ਤੇ ਆ ਮਕਸੂਦ ਨਾਈ ਉਹ ਵੀ ਮੇਰੇ ਅੰਦਰ ਹੁਣ ਬੁੱਢਾ ਹੋ ਗਿਆ ਲੈ ਤੇ ਆਹਾਂ ਤਿੰਨਾਂ ਜਣਿਆਂ ਨੇ ਨਾ ਚਾਰ ਚਾਰ ਪੰਜ ਪੰਜ ਮਨ ਦੀਆਂ ਪੰਡਾਂ ਪਾ ਕੇ ਨਾ ਤੇ ਇੱਥੋਂ ਸਨਖਤਰੇ ਪਚਾ ਹੜੀਆਂ ਹਨ ਕਿੱਥੇ ਸਨਖਤਰਾ ਦਿਓ ਨਰੋਵਾਲ ਦੇ ਕੋਲ ਇੱਥੇ ਪਿੰਡ ਦੇ ਵਿੱਚ ਜਿਵੇਂ ਹੁਣ ਅਸੀਂ ਬੈਠੇ ਹਾਂ ਜੀ ਹਾਂਜੀ ਤੁਸੀਂ ਸਾਡੇ ਲੱਗੇ ਬੈਠੇ ਚਲੋ ਅਸੀਂ ਤੁਹਾਡੇ ਲੱਗੇ ਬੈਠੇ ਹੋਏ ਹਾਂ ਇੰਝ ਕੋਈ ਆਪਣਾ ਹੈ ਸੀ ਤਕੀਆ ਹੋ ਲਗਾ ਲਓ ਜਾਂ ਕੋਈ ਬੈਠਕ ਜਿੱਥੇ ਵਡੇਰੇ ਪੈਂਦੇ ਸਨ ਨਹੀਂ ਨਹੀਂ ਉੱਥੇ ਬੋਰਡ ਹੋਵੇ ਕੋਈ ਐਸਾ ਆ ਨਾਈਆਂ ਦਾ ਡੇਰਾ ਵੀ ਵੈਸੇ ਸਰਦ ਇੱਕ ਥਾ ਇੱਥੇ ਰਹਿਣਾ ਮੈਂ ਬੈਠਾ ਦਾ ਇਹ ਵੀ ਇੱਥੇ ਆ ਗਏ ਨੇ ਉਹ ਵੀ ਇੱਥੇ ਪੰਜ ਸੱਤ ਮੁੰਡੇ ਰਾਤ ਨੂੰ ਇੱਕ ਥਾ ਜ਼ਰੂਰ ਪੈਣੇ ਨੇ ਤੇ ਵੈਸੇ ਉਹ ਉਂਝ ਕੋਈ ਨਹੀਂ ਸੀ ਹੁਣ ਜੇ ਮਸਰੂਫੀਆਤ ਵੀ ਹੋ ਗਈਆਂ ਨੇ ਬੜੀਆਂ ਇੱਥੇ ਤੇ ਪਾਇਲ ਹੁਣ ਵੀ ਸਾਡੇ ਕੋਲ ਕਿਹਾ ਨੇ ਸਾਡੇ ਮੇਰੇ ਕੋਲ ਤਾਂ ਹੈ ਜੇ ਤੋਂ ਮੁੱਕ ਗਏ ਮੋਗੇ ਨੇ ਹੁਕਾ ਪੀਣ ਆਏ ਸਿਰਫ ਕੱਲਾ ਹੀ ਬੰਦਾ ਸਾਡੇ ਪਿੰਡੇ ਹੁਕਾ ਪੀਂਦਾ ਉਦੋਂ ਜੀ ਅਸਾਂ ਹੀ ਪੈਂਦੇ ਹੁੰਦੇ ਆਪੇ ਕਿਤੇ ਉਹ ਰਸਤਾ ਲੋ ਬਈ ਫਲਾਟ ਦਾ ਚੱਲਦੇ ਉੱਥੇ ਬੈਠੇ ਦੇ ਹੋਰ ਉੱਥੇ ਬੰਦੇ ਆ ਬਰਾ ਤੱਕ ਬੈਠੇ ਮੈਂ ਸਾਰੀ ਉਮਰ ਸਕੂਲ ਮਾਸਟਰੀ ਕੀਤੀ ਏ ਅੱਛਾ ਤੇ ਟਾਈਮ ਤੇ ਬੰਦ ਕਈ ਮੈਂ ਮੈਚ ਵੀ ਰੈਫਰ ਕਰ ਦਿੰਦਾ ਪੀਟੀ ਮਾਸਟਰ ਸਾਂ ਮੈਂ ਅੱਛਾ ਮਾਸਟਰ ਸੋ ਤੋਂ ਪਹਿਲੇ ਹਾਂਜੀ ਮੈਂ 2.70 ਹਜ਼ਾਰ ਰੁਪਇਆ ਪੈਨਸ਼ਨ ਲੈਣਾ ਹੁਣ ਵੀ ਅਜੇ ਵੀ ਹਾਂਜੀ ਅੱਛਾ ਬਾਬਾ ਜੀ ਤੇ ਮੈਂ ਗੱਲ ਟੋਕਣਾ ਹੁਣ ਤੁਸੀਂ ਪੈਨਸ਼ਨ ਲੈਣੇ 2.70 ਹਜ਼ਾਰ ਹਾਂਜੀ ਜਦੋਂ ਲੱਗੇ ਉਹ ਤਨਖਾਹ ਕਿੰਨੀ ਸੀ 90 ਰੁਪਈਏ ਪੈਨਸ਼ਨ ਜ਼ਿਆਦਾ ਹੋਵੇ ਜਦੋਂ 52 ਰੁਪਈਏ ਮੇਰੀ ਤਨਖਾਹ ਹੋਈ ਸੀ ਉਦੋਂ ਮੈਂ ਰਿਟਾਇਰ ਹੋ ਗਿਆ 52 ਰੁਪਈਏ ਹੋਈ ਤੇ ਹਾਂਜੀ ਹਾਂਜੀ ਨਹੀਂ ਨਹੀਂ 90 ਰੁਪਈਏ ਤਨਖਾਹ ਸੀ ਹਾਂਜੀ ₹52 ਦੀ ਗੱਲ ਕਰਨਾ ਮੈਂ ਦੀ ਪਰਚੀ ਹੋਇਆ ਜੀ ਹਿਸਾਬ ਨਾਲ ਫਿਰ ਤੁਹਾਡੀ ਲੱਗ ਉਹ ਇੱਕ ਰੁਪਈਏ ਦੀ ਲੱਸੀ ਬਣਾਤੇ ਮੁੱਕਦੀ ਨਹੀਂ ਦੂਸਰੇ ਬੰਦਿਆਂ ਕੋਲੋਂ ਜਦੋਂ ਮੈਂ ਸੰਚਾਰ ਦੇ ਦੂਸਰੇ ਮਹੀਨੇ ਦੀ 5 ਤਰੀਕ ਡਲ ਮਾ 1500 ਟਕਾ ਦਾ ਤਠਾ ਦਾ 8 ਦੇ ਲੈਂਦੇ ਤੇ ਖਾਲਸ ਸੰਚਾਰ ਦੇ ਦੂਸਰੇ ਮਹੀਨੇ ਦੀ 5 ਤਰੀਕ ਨੂੰ ਜੀ ਬਣਾ ਲੈ ਸੰਚਾਰ ਦੇ ਦੂਸਰੇ ਮਹੀਨੇ ਦੀ 22 ਤਰੀਕ ਨੂੰ ਮੈਂ ਸਜਾਦੇ ਆ ਗਿਆ ਹਾਂ ਤੇ ਉਦੋਂ 8 ਕਿਲੋ ਦੁੱਧ ਸੀ ਕਾਨੀ ਟੁੰਗ ਅੱਛਾ ਬਾਬਾ ਜੀ ਤੁਸੀਂ ਹੁਣ ਸਾਨੂੰ ਇਹ ਯਾਦ ਕਰਾਤਾ ਕਿ ਮੈਂ ਮਾਸਟਰ ਸਾਂ ਹਾਂਜੀ 47 ਤੋਂ ਪਹਿਲੇ ਮਾਸਟਰ ਸਾਂ ਹਾਂਜੀ 47 ਤੋਂ ਪਹਿਲੇ ਮਾਸਟਰ ਸੋ ਨਹੀਂ ਨਹੀਂ ਹਾਂ 47 ਤੋਂ ਬਾਅਦ ਮੈਂ ਪਹਿਲੇ ਆਰਮੀ ਦੇ ਭਰਤੀ ਹੋਇਆ ਅੱਛਾ ਅੱਛਾ ਤੇ ਉਥੋਂ ਫਿਰ ਡਿਸਚਾਰਜ ਲੈ ਲਿਆ ਸਾਡੇ ਮੇਰੇ ਭਰਾਵਾਂ ਨੇ ਬੰਦੇ ਕਤਲ ਕਰ ਦਿੱਤੇ ਤੇ ਉਹ ਫਿਰ ਜਿਹੜਾ ਬੰਦਾ ਬੰਦੇ ਮਾਰੇ ਉਹਨੇ ਜੇਲ੍ਹ ਕਿਤੇ ਜਾਣਾ ਤੇ ਉਹ ਫਿਰ ਮੇਰੇ ਬਾਪ ਨੇ ਡਿਸਚਾਰਜ ਮੇਰਾ ਕਰਾ ਲਿਆ ਇੱਥੇ ਜਿਹੜੇ ਸਿੱਖ ਸਨ ਤੁਹਾਡੇ ਪਿੰਡ ਦੇ ਹਾਂਜੀ ਉਹਨਾਂ ਦੇ ਬਾਹਰ ਪੈਣੀ ਪੁਣੀ ਹੈ ਸਾ ਬਾਬਾ ਬੜੀ ਜ਼ਮੀਨ ਸੀ ਉਹਨਾਂ ਦੀ ਪੈ ਰਾਜੀ ਮੁਸਲਮਾਨਾਂ ਦੀ ਘੱਟ ਹੀ ਮੁਸਲਮਾਨਾਂ ਦੇ ਚੌਥਾ ਹਿੱਸਾ ਤੁਹਾਨੂੰ ਦੱਸਿਆ ਚੌਥਾ ਪੱਤੀ ਹੀ ਰਾਈਆਂ ਦੀ ਤ੍ਰੈ ਪੱਤੀਆਂ ਸਿੱਖਾਂ ਦੀਆਂ ਹਨ ਅੱਛਾ ਬਾਹਰ ਪੈਣੀਆਂ ਵੀ ਇੰਜੀ ਸਨ ਹਾਂਜੀ ਥੋੜੀਆਂ ਹਨ ਹਾਂਜੀ ਤੇ ਕਿਹੜੇ ਸਿੱਖ ਦੀ ਬੋਦੀ ਪਹਿਲੀ ਸੀ ਹਾਂਜੀ ਕਿਹੜੇ ਸਰਦਾਰ ਦੀ ਬੋਦੀ ਪਹਿਲੀ ਸੀ ਉਹ ਲੰਬੜਾਂ ਦੀ ਸੀ ਵੇਲਾ ਸਿੰਘ ਤੇ ਜਾਗਰ ਸਿੰਘ ਜਾਗਰ ਸਿੰਘ ਇਹ ਦੋਨ ਇਹਨਾਂ ਦੀ ਜ਼ਿਆਦਾ ਪੈਰੀ ਸੀ ਇਸ ਪਾਸੇ ਖੂਹ ਖੂਨ ਦੇ ਹਨ ਉਦੋਂ ਖੂਨ ਦੇ ਨਾਂ ਹੋਏਗਾ ਕੋਈ ਉਹ ਉਹਨਾਂ ਦੇ ਨਾਂ ਦਾ ਹੀ ਖੂਨ ਸੀ ਜਾਗਰ ਸਿੰਘ ਦਾ ਖੂਹ ਇੱਥੇ ਆਵੇ ਆ ਇੱਥੇ ਵੇਲਾ ਸਿੰਘ ਦਾ ਖੂਹ ਹੁੰਦਾ ਹੀ ਅਸਾਂ ਇੱਥੇ ਸਾਡੇ ਕੋਈ ਖੂਹ ਇਹ ਪਿੰਡ ਦੇ ਨਾਂ ਸੀ ਪਿੰਡ ਵਾਲਾ ਖੂਹ ਹਾਂ ਅੱਗੇ ਉੱਥੇ ਖੂਹ ਸੀ ਸਾਹਮਣਾ ਖੂਹ ਵਗਿਆ ਖੂਹ ਯਾਨੀ ਇਸ ਤਰ੍ਹਾਂ ਦਾ ਤੇ ਲੋਕੋ ਆਪਣੀ ਜ਼ਮੀਨ ਕਿੰਨੀ ਆਪਣੇ ਵੱਡੇ ਕੀ ਕਰਦੇ ਆ ਜਿੱਥੇ ਚਲੋ ਉਦੋਂ 14-15 ਸਾਲ ਦੇ ਉਹ ਜੀ ਪਿਆਰੀ ਜਾ ਯਾਰ ਜ਼ਿਮੀਦਾਰਾਂ ਹੀ ਕਰਦੇ ਆ ਤੇ ਸਾਡੀ ਇੱਥੇ ਜ਼ਮੀਨ ਹੈ ਹੀ ਨਹੀਂ ਸੀ ਆਈਸਾ ਪਿੰਡ ਦੇ ਪਰਲੇ ਪਾਸੇ ਤਰਕਾਈ ਤੋਂ ਗਹਿਣਾ ਚੱਲਦਾ ਸੀ ਅੱਛਾ ਗਹਿਣੇ ਉਤੋਂ ਫਰਕ ਤਰਕਾਈ ਦੀ ਪਿੰਡ ਗਹਿਣੇ ਸਾਡੇ ਉੱਤੇ ਰਹਿ ਲਈ ਦੀ ਤੂੰ ਉੱਥੇ ਹੀ ਬਾਈ ਕਰ ਦਿੰਦੇ ਹੱਠੋ ਇਹ ਜ਼ਮੀਨ ਸਾਡੇ ਵਡਕਿਆਂ ਲਈ ਦੀ ਸੀ ਗਹਿਣੇ ਉਥੋਂ ਉਹ ਜਦੋਂ 20 ਸਾਲਾ ਸਕੀਮ ਵਿੱਚ ਗਹਿਣੇ ਛੁੱਟੇ ਨੇ ਨਾ ਉਦੋਂ ਫਿਰ ਆਹ ਛੱਡੀ ਬਾਬਾ ਜੀ ਜੋਗਾਂ ਕਿੰਨੀਆਂ ਹੁੰਦੀਆਂ ਆਪਣੀਆਂ ਆਹੀ ਦੂਹਾਂ ਲਾਂਦੀ ਬਾਈ ਕਰਦੇ ਹਾਂ ਦੋ ਭਰਾ ਅੱਛਾ ਦੋ ਹਾਲ ਨਾਲ ਸਾਈ ਰੱਖਿਆ ਰਹੀ ਮੈਂ ਇਥੋਂ ਜਿੱਥੇ ਮੇਰੀ ਤਕਰੀ ਹੋਈ ਹੈ ਜੀ ਨਾ 15 ਕਿਲੋਮੀਟਰ ਸਫ਼ਰ ਜੇ ਇੱਕ ਪਾਸੇ ਦਾ 30 ਕਿਲੋਮੀਟਰ ਸਫ਼ਰ ਵੀ ਰੋਜ਼ ਕਰਨਾ ਇੱਧਰ ਸੁਣੋ 30 ਕਿਲੋਮੀਟਰ ਸਫ਼ਰ ਵੀ ਰੋਜ਼ ਕਰਨਾ ਤੇ ਸਾਈ ਜਰਾ ਘਟਿਆ ਦਾ ਸੀ ਲਾਲਾ ਮੰਦ ਤੇ ਵੱਡੇ ਭਰਾ ਨੇ ਜੱਥੇ ਲਾਉਣੇ ਮੈਂ ਟੋਕਾ ਘੇੜਨਾ
ਤੇ ਚਸਾਈ ਨੇ ਪਰ ਪਰ ਝੋਲੀਆਂ ਡੰਗਰਾ ਕੇ ਸੁੱਟਣੇ ਤੇ ਪਹਿਲਾ ਸੀਰਾ ਟੋਕਾ ਕੇ ਨਾ ਸਲਾਈ ਫਾਈ ਤੇ ਡੰਗਰ ਹੁੰਦੇ ਹਨ ਸਾਰੇ ਹੱਥ ਨਹੀਂ ਕੁਦਰਨੇ ਹਾਂਜੀ ਨਹੀਂ ਟੋਕਾ ਦਾ ਸਭ ਫੇਰ ਵਾਲਾ ਹਾਂਜੀ ਪਹਿਲਾ ਮੁੰਡੀ ਦੇ ਫੇਰ ਮੁੰਡੀ ਦੇ ਵੀ ਕੁਦਰਦੇ ਰਹੇ ਜੀ ਅਜੇ ਮੈਂ ਗੋਸ਼ਤ ਬਣਾਈਦਾ ਹਾਂਜੀ ਫੜ ਕੇ ਦਿੱਤੋਂ ਫੜ ਕੇ ਤੇ ਅੱਗੋਂ ਥੋੜਾ ਥੋੜਾ ਤੇ ਫਿਆਸੀ ਪ੍ਰੈਕਟਿਸ ਸੀ ਤੇ ਜਿੰਨੇ ਜਿੰਨੇ ਕੁਦਰ ਉਸੇ ਟੋਕਾ ਉਹਨਾਂ ਦੇ ਲੰਮੀ ਹੁੰਦੀ ਉਹਨੇ ਚੀਰਨੇ ਜਿਵੇਂ ਗਲਪੀ ਹਾਂ ਬੁੜੀਆ ਦਿੱਤੀ ਅੱਧੀ ਰਾਤੀ ਫੇਰ ਉਹਨਾਂ ਹਾਲ ਛਾਲ ਲੈਣਾ ਕਿੱਲਾ ਪੈਰੀ ਦੌੜ ਕੇ ਤੇ ਸਾਈ ਨੂੰ ਸੁਹਾਗੇ ਦੇ ਚਾੜ ਕੇ ਫੇਰ ਸਕੂਲ ਨੂੰ ਨਾ ਸਣਾ ਅੱਛਾ ਕੋਈ ਮਿਸ਼ਕਤ ਕਰ ਸਕਦਾ ਹੈ ਨਹੀਂ ਹੁਣ ਕਿੱਥੇ ਜੀ ਨਹੀਂ ਜੀ ਕਰ ਸਕਦਾ ਪੈਦਲ ਜਾਣਾ ਉਹ ਸਾਈਕਲ ਨਹੀਂ ਲੱਭਦਾ ਉਹਨਾਂ ਦੀ ਸਾਈਕਲ ਵੀ ਤਾਂ ਨਹੀਂ ਲੱਭਦਾ ਫਿਰ ਸਾਈਕਲ ਤੇ ਬੈਠ ਕੇ 6 ਮਹੀਨੇ ਮੈਂ ਪੈਦਲ ਜਾਂਦਾ ਰਿਹਾ ਜੇ ਅੱਛਾ ਉਦੋਂ 200 ਦਹਾਂ ਦੀ 215 ਦੀ ਸ਼ਰਾਬ ਸਾਈਕਲ ਆਉਂਦੀ ਸੀ ਕੰਪਨੀ ਤੋਂ ਨਵੀਂ ਤੋ ਦੋਸਤੋ ਨਹੀਂ ਕਿਹਾ ਨਾ 90 ਦੀ ਤਨਖਾਹ 200 ਕਿਸ ਤਰ੍ਹਾਂ ਬਣਦਾ ਤੇ ਉਹ ਫਿਰ ਸਾਡਾ ਮੇਰਾ ਇੱਕ ਭਰਾ ਸੀ ਮਾਮੇ ਦਾ ਪੁੱਤਰ ਅਕਾਊਂਟੈਂਟ ਸੀ ਸਾਨੂੰ ਤੋਂ ਹਿਸਾਬ ਦੇ ਦਫ਼ਤਰ ਵਿੱਚ ਲਾਹੌਰ ਤੇ ਉੱਥੇ ਸਾਡਾ ਸਾਡੇ ਸਾਈ ਦਾ ਮੁੰਡਾ ਵੀ ਸਵੀਪਰ ਸੀ ਤੇ ਉਹਨੇ ਉਹਨਾਂ ਦੇ ਕਲਰਕ ਨੇ ਕਿਤੇ ਹਰਾਈ ਜੂਏ 'ਚੋਂ ਸਾਈਕਲ ਸ਼ਰਾਬ ਤੇ ਕਫਤਾ ਵਾ ਕੇ ਤੇ ਉਹ ਮੇਰੇ ਭਰਾ ਨੇ ਪੈਸੇ ਦੇ ਹੜੇ ਤੇ ਉਹਨੂੰ ਸਾਈ ਨੂੰ ਆਖਾਂ ਮੈਂ ਕਦੋਂ ਜਾਣਾ ਪਿੰਡ ਉਹਨੇ ਆਖਿਆ ਇਤਵਾਰ ਨੂੰ ਹੀ ਆਉਣਾ ਉਹਨੇ ਆਖਿਆ ਯਾਰਾ ਸਾਈਕਲ ਲੈ ਜੀ ਉਹਨੂੰ ਦੇ ਲਿਆ ਵਾ ਕੰਜਰ ਦੌੜ ਦੌੜ ਮਾਰ ਕੇ ਲਿਆ ਅੱਛਾ ਜਦੋਂ ਤੁਸੀਂ ਇੱਥੇ ਰਹਿ ਰਹੇ ਹੋ ਸਾਰੇ ਮਤਲਬ ਹਾਂਜੀ ਰਹਿੰਦੇ ਹੋ ਸਾਰੇ ਹਾਂਜੀ ਕਦੀ ਲੜਾਈ ਝਗੜਾ ਹੋਇਆ ਸੀ ਕਦੀ ਆਪਸ ਵਿੱਚ ਕੰਮਾਂ ਦਾ ਨਹੀਂ ਜੀ ਬੜਾ ਸਲੂਕ ਸੀ ਬੜਾ ਹੀ ਸਲੂਕ ਹੈ ਇੱਕ ਦੂਜੇ ਵੇਖ ਰਿਹਾ ਨਾ ਲੀਨੀ ਅੱਠੀ ਪੈਰੀ ਹਾਂਜੀ ਤੇ ਸਾਨੂੰ ਟੁੱਕੜੀ ਨਹੀਂ ਪਾਈਦਾ ਜ਼ਰੂਰ ਜਾਣਾ ਅੱਡੀ ਵਜੇ ਥੋੜਾ ਬਹੁਤਾ ਬੋਲ ਵੀ ਪਏ ਆ ਨਾ ਹਾਂਜੀ ਹਾਂਜੀ ਤੇ ਇਕੱਠਿਆਂ ਜ਼ਰੂਰ ਹੋ ਰਿਹਾ ਸਿੱਖ ਹਿੰਦੂ ਜਿੰਨੇ ਵੀ ਸਾਰੇ ਹਾਂਜੀ ਨਹੀਂ ਨਹੀਂ ਮੁਸਲਮਾਨ ਨਹੀਂ ਤੇ ਸਾਡਾ ਹੋਈ ਦੂਰ ਦੂਰ ਜਿਹੜਾ ਹੀ ਕਦੀ ਉਧਰ ਗਏ ਨਹੀਂ ਉਹ ਹਿੰਦੂਆਂ ਦਾ ਸਿੱਖਾਂ ਦਾ ਮੁਸਲਮਾਨ ਆਪਸ ਦੇ ਨਹੀਂ ਹੋਇਆ ਖੈਬ ਖੈ ਨਹੀਂ 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 ਇੱਕ ਵਾਰੀ ਹੋਈ ਕਿਤੇ ਲੜਾਈ ਦੱਸਦੇ ਨੇ ਸਾਡੇ ਵੱਡ ਕੇ ਤੇ ਸਾਡੇ ਹੁੰਦੇ ਨੇ ਇਹਦੇ ਵੱਡ ਵੱਡ ਕੇ ਦੱਸਦੇ ਇੱਥੇ ਥਾਂ ਸੀ ਇੱਕ ਉਹਦਾ ਦੁਕਾਨ ਪਈ ਸੀ ਨਹੀਂ ਇਹਨਾਂ ਨੇ ਲੜਦੇ ਉਦੋਂ ਇਹ ਨਹੀਂ ਪਤਾ ਲੜਦੇ ਸਾਡੇ ਘੱਟ ਨਹੀਂ ਸਨ ਹੁਣ ਤਾਂ ਇਹ ਵੀ ਲੜ ਪੈਂਦੇ ਨੇ ਜੀ ਤੇ ਕੋਈ ਚਲੋ ਤੁਸੀਂ ਵੇਖਿਓ ਹੁਣ ਕੋਈ ਜਾਂ ਆਪਣੇ ਵੱਡੇ ਦੱਸਦੇ ਹੁਣ ਕਿ ਆਪਾਂ ਜੇ ਇੱਕ ਦੋ ਜੀ ਹੁਣ ਹੀ ਸਾਈਆਂ ਨੂੰ ਮਾੜਾ ਮੋਟਾ ਤੱਲਾ ਕੋਈ ਸਾਧੀ ਲਈ ਤੇ ਵਿਆਹ ਤੇ ਕਹਿੰਦਾ ਤਾਂ ਵਰਤੋਂ ਭਾਜੀ ਹੈ ਸੀ ਸੁੱਕੀ ਜਾਂ ਕੋਈ ਨਿਉਂਦਰਾ ਸਾਈਆਂ ਨਾਲ ਸਿੱਖਾਂ ਨਾਲ ਜੀ ਨਹੀਂ ਨਹੀਂ ਸਿੱਖਾਂ ਨਾਲ ਜੀ ਹਿੰਦੂਆਂ ਨਾਲ ਕੋਈ ਮੈਂ ਦਾ ਹੈ ਸੀ ਹਾਂ ਜੀ ਹੈ ਸਾਰਿਆਂ ਦਾ ਜੀ ਸੀ ਹੈ ਹੀ ਸਿੱਖਾਂ ਨਾਲ ਵੀ ਵਿੱਚ ਵਿੱਚ ਹੈ ਸੀ ਸਿੱਖਾਂ ਨਾਲ ਵੀ ਵਿੱਚ ਵਿੱਚ ਹੈ ਸੀ ਪਰ ਨਿਆਂ ਦਾ ਪੰਜ ਕਾਦਾ ਸਿੱਖਾਂ ਜਦੋਂ ਵਿਆਹ ਹੁੰਦਾ ਪੈਸੇ ਸਾਡੇ ਤੋਂ ਵੱਡੇ ਕੋਲ ਲੈਂਦੇ ਹਨ ਤੇ ਇਸੇ ਤਰ੍ਹਾਂ ਹੀ ਇਹ ਨਹੀਂ ਵੀ ਸੂਤ ਤੇ ਲਈ ਦਿਆ ਇਸੇ ਅਮਦਾਦ ਕਰ ਸ਼੍ਰੀ ਅਕਾਲ ਜੀ ਜੀ ਤੋਂ ਹੁਣ ਦੇਖ ਰਹੀ ਉਹਨੇ ਬਾਲਣ ਵੀ ਇੱਕ ਦੂਸਰੇ ਨੂੰ ਲੋਕ ਦਿੰਦੇ ਹਨ ਜਿਹਨੇ ਬਰਾਦਰੀ ਸਿਸਟਮ ਇਜਾਦ ਕੀਤਾ ਸੀ ਨਾ ਉਹ ਸਿਸਟਮ ਦਾ ਇਹ ਮਨਸ਼ੂਰ ਸੀ ਤੇ ਕੋਈ ਬਾਲਣ ਲਿਆਏਗਾ ਕੋਈ ਮਿੱਠਾ ਲਿਆਏਗਾ ਕੋਈ ਚੌਲ ਲਿਆਏਗਾ ਤੇ ਹੁਣ ਤੇ ਬਰਾਦਰੀਆਂ ਬਿਤ ਕਰਨ ਦੀ ਕੋਸ਼ਿਸ਼ ਕਰਦੀਆਂ ਭਾਈ ਉਦੋਂ ਦੁੱਧ ਜਿਹੜੇ ਕਦੀ ਬੋਲਦੇ ਹੀ ਲਿਆ ਕਿਸੇ ਧੀ ਦੀ ਸ਼ਾਦੀ ਹੁੰਦੀ ਤਾਂ ਉਹ ਆਪਣੀ ਧੀ ਸਮਝਦਾ ਸੀ ਹਾਂਜੀ ਤੇ ਉਹਨੂੰ ਦੁੱਧ ਇਕੱਠਾ ਸਾਡੀ ਮੇਰੀ ਹੋਸ਼ ਵਿੱਚ ਆ ਹੁਣ ਹੋਣੀ ਖਤਮ ਹੋਇਆ ਕੰਮ ਥੋੜਾ ਜਿਹਾ ਹੈ ਨਹੀਂ ਤੇ ਦੁੱਧ ਇਕੱਠਾ ਕਰ ਲੈਂਦੇ ਨੇ ਦੁੱਧ ਇਕੱਠਾ ਕਰਦੇ ਹਾਂ ਉਹ ਸਾਰਾ ਇਕੱਠਾ ਹੋ ਜਾਣਾ ਦੁੱਧ ਫਿਰ ਸਵੇਰੇ ਉੱਠ ਕੇ ਤਾਂ ਡੜਕਦਾ ਤੇ ਲੈ ਕੇ ਤੇ ਜਾਂਦੀ ਜੇ ਪਾ ਤੇ ਰਾਤ ਰਹੀ ਨਹੀਂ ਦੀ ਇੰਨਾ ਇੰਨਾ ਬੱਕਰ ਤੇ ਨਾਲ ਲੱਸੀ ਦੇਣੀ ਹੈ ਹਾਂਜੀ ਦੇਸੀ ਬੱਕਰ ਕੱਢ ਕੇ ਉਹ ਪਾ ਕੇ ਦੇਣਾ ਦੁੱਧ ਇੱਕ ਪਾਣੀ ਖੜਕਾਂਦਾ ਆ ਜਾਂਦਾ ਤੇ ਉਹ ਬੋਲੋ ਜੰਦਾ ਰਾਤ ਰਹਿੰਦੀਆਂ ਹਨ ਤੇ ਹੁਣ ਨਹੀਂ ਰਾਤੇ ਰੋਟੀ ਛੋੜੀ ਖਾਣੀ ਸਵੇਰੇ ਉੱਠਣਾ ਤੇ ਲੱਸੀ ਨਹੀਂ ਰਖਣੀ ਤੇ ਆ ਜਿਹੜਾ ਮਹਿੰਗਾਈ ਦਾ ਲੋਕੀ ਰੌਲਾ ਪਾਉਂਦੇ ਨੇ ਬੜੀ ਮਹਿੰਗਾਈ ਹੈ ਜੀ ਬੜੀ ਮਹਿੰਗਾਈ ਹੈ ਮੈਂ ਇਹ ਕਹਿੰਦਾ ਖੁਦ ਸਖਤਾ ਮਹਿੰਗਾਈ ਹੈ ਜਦੋਂ ਸਾਡੇ ਵਿਆਹ ਹੋਏ ਹਨ ਕਦੋਂ ਹਨ ਉਹ ਲੈਂਗੇ ਕਦੋਂ ਹਨ ਉਹ ਮਹਿੰਦੀਆਂ ਕਦੋਂ ਹਨ ਉਹ ਬਿਊਟੀ ਪਾਰਲਰ ਆਪ ਵਧਾਈ ਹਾਂਜੀ ਹਾਂਜੀ ਬਿਲਕੁਲ ਸੌ ਬੜਾ ਸੌ ਗੱਲ ਇਹ ਖੁਦ ਸਖਤਾ ਮਹਿੰਗਾਈ ਹੈ ਅਸੀਂ ਆਪੇ ਵਧਾਈ ਦੀਏ ਕਿ ਇੱਕ ਇੱਕ ਦੋਵਾਂ ਦੋਵਾਂ ਸੁੱਟਾ ਜਾਂਦੇ ਹਾਂ ਹਾਂਜੀ ਉਹਨੂੰ ਨਾਈ ਵਟਣਾ ਮਲ ਦਿੰਦੇ ਆ ਹਲਦੀ ਪਾ ਕੇ ਨਾ ਤਸਰੋਂ ਦੇ ਤੇਲ ਚ ਤੇ ਉਹਨੇ ਨਾਲ ਰੂ ਬੜਾ ਚੜਿਆ ਮੁੰਡੇ ਨੂੰ ਵਟਣਾ ਮਲ ਆ ਵਟਣਾ ਮਲ ਦਿੰਦੇ ਹਨ ਇਹ ਵਟਣਾ ਮਲ ਉਹ ਮਜ਼ਾਈ ਕਾ ਦੀ ਇਹ ਨਹੀਂ ਇਸ ਤਰ੍ਹਾਂ ਆਮ ਇੰਜੀ ਇੰਜੀ ਕਿ ਜਿਹਨੂੰ ਤੂੰ ਲਣ ਕਹਿੰਦੇ ਰਹਣਾ ਬਹੁਤੀ ਹਾਂ ਤੂੰ ਸੂਟ ਉਹਦਾ ਬਣਾਉਂਦੇ ਹਾਂ ਤੂੰ ਹਣਾ ਕਿਸੇ ਕੋਲ ਮੰਗ ਕੇ ਜੰਜ ਵੇਖ ਕੇ ਆਉਂਦੇ ਰਹੇ ਆ
ਮੇਰਾ ਪੋਤਰਾ ਉਹ ਨਿਗਾ ਜਿਹਾ ਆ ਜਿਹੜਾ ਸਾਈਕਲ ਇੱਥੇ ਲਈ ਫਿਰਦਾ ਸੀ ਇਹਨਾਂ ਦੇ 27-28 ਜੋੜੇ ਨੇ ਅਜੇ ਵੀ ਆ ਹੁਣ ਵਿਆਹ ਹੋਇਆ ਅਜੇ ਆ ਕੀਤਾ 3-4 ਜੋੜੇ ਇਹਨਾਂ ਦੇ ਲਿਆਏ ਉਦੋਂ ਜੀ ਇੱਕ ਦੋ ਤਰੇ ਸੂਟ ਬੜੇ ਬਾਰੀ ਕੋਲ ਹੋ ਰਹੇ ਬਸ ਸੂਟ ਕਿੱਥੇ ਹੁੰਦੇ ਆ ਯਾਰ ਇੱਕ ਦੇ ਨਾਲ ਲੱਗਣਾ ਨਾ ਦੌਰ ਦੇ ਅੰਦਰ ਨਾ ਤੁਸੀਂ ਆਪਣੇ ਮਾਪਿਆਂ ਨੂੰ ਤੰਗ ਨਹੀਂ ਹੋ ਕਰਦੇ ਹੁਣ ਅਸੀਂ ਜਿਵੇਂ ਦੇ ਸਾਡੇ ਬੱਚੇ ਵੇਂਦੇ ਨੂੰ ਆਉਂਦੇ ਐਵੇਂ ਦੇ ਮੈਂ ਲੈਣਾ ਮਾਪਿਆਂ ਕੋਲ 5 ਰੁਪਏ ਆਏ ਉਹ ਨਹੀਂ ਜੀ ਉਦੋਂ ਤੇ ਅਸੀਂ ਭਈ ਜਿਹੜਾ ਕੱਪੜਾ ਸਿਉਤਾ ਦੀ ਸਮੇਂ ਮੈਂ ਹੋ ਗਿਆ ਆ ਨਹਾਉਣ ਲੱਗਣਾ ਤੇ ਉੱਥੇ ਹੀ ਬਲਬੁਲ ਕੇ ਨਾ ਉਹਨੂੰ ਤੇ ਸੁੱਕਣੇ ਪਾ ਲੈਣਾ ਆਪੇ ਨਹਾਉਂਦੇ ਰਹਿਣਾ ਉਹਨੇ ਜਦੋਂ ਸੁੱਕ ਜਾਣਾ ਧੁੱਪੇ ਤੇ ਉਹ ਗੱਲ ਪਾ ਲੈਣਾ ਸਾਡਾ ਪਿੰਡ ਪਾਰਟੀ ਬਾਜ਼ੀ ਵਾਲਾ ਸੀ ਇੱਕ ਵਾਰੀ ਇੱਕ ਬੰਦੇ ਨੂੰ ਕਿਤੇ ਉਹਦੀ ਚੋਰੀ ਪਤਾ ਨਹੀਂ ਹੋਈ ਸੀ ਜਾਂ ਨਹੀਂ ਹੋਈ ਤੇ ਮੈਨੂੰ ਇੱਥੇ ਹਾਲ ਵੱਜ ਬੈਠੀ ਆ ਲੋਹੇ ਦੀ ਹਾਲ ਦੇਗੀ ਹਾਲ ਫਾਲਾ ਲੱਗ ਬੈਠਾ ਫਾਲਾ ਲੱਗ ਬੈਠਾ ਤੇ ਉਹਨੇ ਮੇਰੇ ਤੇ ਇਹਦੇ ਖਿਲਾਫ਼ ਪਰਚਾ ਕਰਾ ਹਰਿਆ ਇਹ ਮੇਰਾ ਮਾਮੂ ਹੈ ਤੇ ਸਾਡੇ ਖਿਲਾਫ਼ ਪਰਚਾ ਦਰਜ ਕਰਾ ਹਰਿਆ ਵੀ ਮੇਰੀ ਹਵੇਲੀ 'ਚੋਂ ਆਏ ਨੇ ਡਕੈਤੀ ਨਹੀਂ ਜਿੱਤਣਾ ਤੇ ਮੈਂ ਅੱਗੋਂ ਬਰਛੀ ਮਾਰੀ ਹੈ ਤੇ ਉਹਦੇ ਪੈਰ 'ਤੇ ਵੱਜੀ ਹੈ ਗੱਲ ਅਜੇ ਉਹ ਬਰਛੀ ਦੇ ਸਾਹਮਣੇ ਖਲੋ ਕੇ ਮੈਨੂੰ ਮਾਰਦਾ ਉਹਦਾ ਰੋਖ ਹੈ ਐਂ ਨੂੰ ਹੋਣਾ ਸੀ ਐਂ ਨੂੰ ਨਾ ਕਿ ਐਂ ਨੂੰ ਤੇ ਉਹ ਫਿਰ ਸਾਨੂੰ ਫੜ ਕੇ ਲੈ ਗਏ ਜੂਹਾਂ ਨੂੰ ਪੁਲਿਸ ਤੇ ਮੈਂ ਆਪਣੀ ਅੰਮਾ ਕੋਲ ਆਖਿਆ ਮੈਂ ਹਾਂ ਅੰਮਾ ਇੱਕ ਰੁਪਈਆ ਤਿਆਰ ਤੇ ਉਹ ਮੈਨੂੰ ਆ ਕੇ ਤੈਨੂੰ ਪੈਰ ਪੀੜ ਤੂੰ ਜੰਜਾ ਚੱਲਿਆ ਰੁਪਈਆ ਨੇ ਅੱਠਾਂ ਨੇ ਕੀ ਫੀਸ ਹੁੰਦੀ ਹੈ ਅੱਠਾਂ ਨੇ ਨਹੀਂ ਲੱਭਦੇ ਹੁੰਦੇ ਸਮਝੀ ਅੱਠਾਂ ਨੇ ਫੀਸ ਦੇਣੀ ਗੌਰਮੈਂਟ ਨੂੰ ਉਦੋਂ ਫਿਰ ਮਹੀਨੇ ਬਾਅਦ ਜਿਹੜੀ ਸਲਾਮੀ ਅਸੀਂ ਪਾਉਂਦੇ ਹਾਂ ਉਹ ਵੀ ਨਹੀਂ ਲੱਭਦੀ ਇਹ ਕਿੰਨੀ ਹੁੰਦੀ ਸੀ ਸਲਾਮੀ ਸਲੂਮੀ ਇੱਕ ਰੁਪਈਏ ਨੂੰ ਕਹਿੰਦੇ ਰੁਪਈਆ ਜਾਂ ਅੱਠਾਂ ਨੇ ਹੁੰਦੇ ਹਨ ਉਦੋਂ ਕਿ ਜ਼ਿਆਦਾ ਨਹੀਂ ਜਿਵੇਂ ਹੁਣ 5000 ਦੀ ਲੱਭਦੀ ਹਾਂਜੀ 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 ਉਦੋਂ ਮੈਂ ਤੁਹਾਨੂੰ ਦੱਸਣਾ ਸਾਈਕਲ ਨੇ ਹੀ ਲੱਭਦੀ ਹੁਣ 5 ਮੇਰੇ ਬੇਟੇ ਨੇ 6 ਕਾਰਾਂ ਨੇ ਸਾਰੀਆਂ ਕਾਰਾਂ ਸਾਰਿਆਂ ਕੋ ਕਾਰਾਂ ਨੇ ਹਾਂ ਬਣਾ ਲਓ ਹਾਂਜੀ ਤੇ ਵਕਤ ਬਦਲ ਗਿਆ ਨਾ ਤੇ ਉਹ ਸਾਡੇ ਕੋਲ 70,000 ਦੀ ਉਹ ਮੈਨੂੰ ਦੱਸਦਾ ਹੁੰਦਾ ਉਹਦੇ 65,000 ਰੁਪਇਆ ਗੱਡੀ ਦਾ ਹਾਂਜੀ ਤੇ ਇਹ ਜਿਹੜੀ ਕਾਰਾਂ ਜਿਹੜੀ ਮੁੰਡਾ ਦਾ ਲੈ ਲਈਆਂ ਨੇ ਤੇ ਸਾਨੂੰ ਤਾਂ ਨਹੀਂ ਲੱਭਦਾ ਮਾਏ ਕਿਤੇ ਸਾਰੇ ਤੋਂ ਪੈਦਲ ਜੰਨਿਆ ਤੁਸੀਂ ਸਾਰੇ ਪੈਦਲ ਘੋੜੀਆਂ ਤੇ ਜਾਣੀਆਂ ਜੰਨਿਆ ਹਾਂਜੀ ਹਾਂਜੀ ਹੈ ਸਰ ਉਹ ਵੀ ਘੋੜੀਆਂ ਕਈ ਪੈਦਲ ਵੀ ਤੁਰਦੇ ਹਾਂਜੀ ਨਹੀਂ ਘੋੜੀਆਂ ਆ ਘੋੜੀ ਰੱਖੀ ਦੀ ਸੀ ਹਾਂਜੀ ਇਹਨਾਂ ਕੋਲ ਵੀ ਸਾਡੇ ਕੋਲ ਵੀ ਆ ਘੋੜੀਆਂ ਦੋ ਤਰ੍ਹਾਂ ਆਪਣੀਆਂ ਨਾ ਆਪਣੇ ਜੇ ਬਰਾਦਰੀ ਬੰਦੇ ਆ ਦੋ ਤਰ੍ਹਾਂ ਘੋੜੀਆਂ ਰੱਖਦੀ ਹੈ ਉਹਨੂੰ ਰੱਖਦੇ ਸੰਦਾ ਆਹੋ ਜੰਜੇ ਜਾਂਦੇ ਆ ਘੋੜੀਆਂ ਤੇ ਕਿ ਮੈਂ ਸਿੱਖਾਂ ਕੋ ਘੋੜੀ ਲਈ ਆ ਜੇ ਤੇ ਉਦੋਂ ਦੀ ਫਿਰ ਘੋੜੀਆਂ ਸਾਡੇ ਕੋਲ ਰਹੀਆਂ ਇੱਥੇ ਗਵਰਨਮੈਂਟ ਨੰਬਰ 1 ਸਕੂਲ ਪਸਰੂ ਸਿੱਖ ਕਿਹੜੇ ਕੋਲ ਲਈ ਸੀ ਮੈਂ ਦੱਸ ਰਿਹਾ ਨਾਂ ਨਹੀਂ ਮੈਨੂੰ ਯਾਦ ਨਹੀਂ ਮੈਂ ਤਾਂ ਦੱਸਦਾ ਵਾ ਉੱਥੇ ਜਥਾ ਸੀ ਸਿੱਖਾਂ ਦਾ ਇਹ ਗੌਰਮੈਂਟ ਨੰਬਰ 1 ਇੱਥੇ ਟੇਸ਼ਨ ਦੇ ਕੋਲ ਸਕੂਲ ਬੜੀ ਖੁੱਲੀ ਜਗ੍ਹਾ ਇੱਥੇ ਸਾਰੇ ਸਿੱਖ ਇਕੱਠੇ ਹੋ ਗਏ ਨਾ ਇੱਥੇ ਗਏ ਇੱਥੇ ਜਮ੍ਹਾਂ ਹੋਏ ਸਰ ਅੱਛਾ ਬਜ਼ੁਰਗੋ ਇੱਥੇ ਜਦੋਂ ਨਿਕਲੇ ਨੇ ਫਿਰ ਸਿੱਖ ਤੇ ਹਿੰਦੂ ਖਤੇ ਜੀ ਨਵੇਂ ਇੱਥੋਂ ਕਿਵੇਂ ਕਿਵੇਂ ਨਿਕਲੇ ਥੋੜੀ ਕੋਲ ਦੱਸੋ ਉਹਨਾਂ ਦੀ ਗੱਲ ਉਹ ਇਸ ਤਰ੍ਹਾਂ ਹੀ ਨਿਕਲ ਗਏ ਹਨ ਕਿਸੇ ਨੇ ਕੋਈ ਕੁਝ ਨਹੀਂ ਆਖਿਆ ਉਹਨਾਂ ਨੂੰ ਨਾ ਉਹਨਾਂ ਨੇ ਕੁਝ ਆਖਿਆ ਤਾਂ ਉਹਨਾਂ ਕਿਹਾ ਨਾ ਉਹਨਾਂ ਹੀ ਕਿਸੇ ਨੂੰ ਆਖਿਆ ਤੇ ਸਿਰਫ ਇੱਕ ਘਰ ਵੱਡਿਆ ਗਿਆ ਸੀ ਇੱਥੇ ਆਚਰਵਿੰਡ ਦੇ ਕੋਲ ਸਾਡੇ ਪਿੰਡ ਦਾ ਹੀ ਤੇ ਉਹ ਵਿਚਾਰੇ ਭਲੇ ਮਨ ਸਿੱਖ ਸਨ ਉਹਨਾਂ ਨੂੰ ਇੱਥੇ ਬੰਦੇ ਉਬਾਸ ਕਿਸਮ ਦੇ ਦੋ ਤਿੰਨ ਬੰਦੇ ਹਨ ਉਹਨਾਂ ਨੇ ਵੱਧ ਚੁੱਕ ਛੱਡੇ ਹਨ ਬਿਲਕੁਲ ਸਾਰੀਆਂ ਕੌਮਾਂ ਦੇ ਵਿੱਚ ਅੱਛੇ ਮਾੜੇ ਹੁੰਦੇ ਨੇ ਹਾਂਜੀ ਉਹ ਇੱਕ ਮੁੰਡਾ ਬੱਚਿਆ ਸੀ ਉਹਦਾ ਨਾਂ ਸੀ ਸਾਧੂ ਸਿੰਘ ਉਹ ਸਾਡੇ ਘਰ ਰਿਹਾ ਸੀ ਉਹਦਾ ਨਾਂ ਫਿਰ ਤਫੈਲ ਰੱਖ ਲਿਆ ਤਫੈਲ ਰੱਖ ਰਿਹਾ ਸੀ ਸਕੂਲੇ ਖੜਨ ਨੂੰ ਨਾਲ ਅੱਛਾ ਉਹਦੇ ਘਰ ਵਾਲੇ ਸਾਰੇ ਜਿਹੜੇ ਵੱਡੇ ਟੁੱਕੇ ਗਏ ਹਾਂਜੀ ਉਹ ਬਚ ਗਿਆ ਕੱਲਾ ਹਾਂਜੀ ਉਹਦੀ ਭੈਣ ਇੱਕ ਤੇ ਕੋ ਬਚਿਆ ਹੈ ਤੇ ਭੈਣ ਉਹਦੀ ਫਿਰ ਬਖਵਾਲੀ ਤਾਪ ਨਾਲ ਲਿਆਂਦਿਆ ਹੋਇਆ ਮਰ ਗਈ ਸੀ ਤੇ ਉਹ ਬਚ ਗਿਆ ਸੀ ਤੇ ਹੁਣ ਉਹਦਾ ਇੰਡੀਆ ਚ ਬੜਾ ਕੰਮ ਹੈ ਅੱਛਾ ਥੋੜੀ ਉਹਦੇ ਸੇ ਉਹ ਧੜਕੋਂ ਆਣ ਕੇ ਰਹਿ ਗਿਆ ਯਾਨੀ ਤੁਸੀਂ ਪਨਾਹ ਦੇਤੀ ਉਹਨੂੰ ਹਾਂਜੀ ਤੇ ਫਿਰ ਉਹ ਜਿਹੜਾ ਹੈ ਮੁਸਲਮਾਨ ਹੋ ਗਿਆ ਇੱਥੇ ਹਾਂਜੀ ਫਿਰ ਉਹ ਚਲਾ ਕਿਵੇਂ ਗਿਆ ਚਲਾ ਆਏ ਹਨ ਮੁੜ ਕੇ ਮਿਲਟਰੀ ਆਈ ਸੀ ਲੈਣ ਉਹਨਾਂ ਦਾ ਜੀ ਪਿਛਲੇ ਹਨ ਕੋ ਉਹਨਾਂ ਦੇ ਅਰਸਾ ਵਿੱਚੋਂ ਸਾਕਾ ਵਿੱਚੋਂ ਕੋ ਹੋਣਗੇ ਉਧਰ ਹਾਂਜੀ ਹਾਂਜੀ ਉਹ ਫੌਜ ਨੂੰ ਨਾਲ ਲੈ ਕੇ ਨਾ ਫੌਜ ਦੇ ਸਿਪਾਹੀ ਤੇ ਗੱਡੀ ਆਈ ਤੇ ਉਹ ਫਿਰ ਲੱਗੇ ਤੁਸੀਂ ਮਤਲਬ ਅਗੋਂ ਪਿੰਡ ਵਾਲਾ ਕੋਈ ਮਤਲਬ ਠੀਕ ਨਹੀਂ ਹਾਂ ਨਹੀਂ ਕੋਈ ਗੱਲ ਨਹੀਂ ਆਖਣਾ ਚੱਲ ਜੇ ਬਜਾਣਾ ਚੱਲ ਹਾਂ ਕਾਲੇ ਆਖਣਾ ਉਹਦਾ ਹੀ ਸਿੱਧਾ ਦੀ ਸੀ ਅਸੀਂ ਐਵੇਂ ਅੱਛਾ ਪਿੰਡ ਦੇ ਵਿੱਚ ਜਿਹੜੇ ਘਰ ਸਨ ਜਾਂ ਸਿੱਖਾਂ ਨੇ ਮੁਸਲਮਾਨਾਂ ਦੇ ਘਰਾਂ ਨੂੰ ਅੱਗ ਲਾਈ ਹੋਈ ਜਾਂ ਨਹੀਂ 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 ਕੋਈ ਅੱਗ ਕੋਈ ਤੇ ਕੋਈ ਨਹੀਂ ਕੋਈ ਸਾਡੇ ਪਿੰਡ ਦਾ ਕੋਈ ਨਹੀਂ ਛੜਿਆ ਨਾ ਅੱਜ ਤੁਹਾਨੂੰ ਕੋਈ ਗੁਰਦੁਆਰੇ ਨੂੰ ਕੋਈ ਨਾ 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 ਮੁਸਲਮਾਨਾਂ ਦਾ ਨਾ ਸਿੱਖਾਂ ਦਾ ਕੋਈ ਨਹੀਂ ਛੜਿਆ
ਲਾਮ ਦੇ ਪਿੰਡਾਂ ਦੇ ਨਹੀਂ ਪਏ ਮੁਸਲਮਾਨ ਡਾਕੇ ਗੱਡੀ ਵੱਡੀ ਇਹਦਾ ਮੁਸਲਮਾਨਾਂ ਨੂੰ ਪਤਾ ਲੱਗਾ ਪਾਕਿਸਤਾਨ ਜਦੋਂ ਪਤਾ ਲੱਗਾ ਤੇ ਫਿਰ ਇਹਨੇ ਵੀ ਵੱਟੂ ਜਿਹੜਾ ਕੋਈ ਲੱਭਾ ਮਾੜੇ ਮੋਟੇ ਵੱਡੇ ਸਾਡੇ ਪਿੰਡ ਚ ਆਉਂਦੇ ਆ ਸੀ ਇਹ ਪਿੰਡ ਦੇ ਤੁਹਾਨੂੰ ਨਹੀਂ ਨਹੀਂ ਇੱਥੇ ਨਹੀਂ ਕੋਈ ਆਪਣੇ ਪਿੰਡ ਵਾਲੇ ਸਹੀ ਗਏ ਨੇ ਹਾਂ ਇੱਥੇ ਸਹੀ ਦੇ ਨੇ ਆਰਾਮ ਨਾਲ ਚਲੇ ਗਏ ਨੇ ਤੇ ਜਾਣ ਲੱਗਾ ਕੋ ਮਿਲੇ ਮੁਲੇ ਮਿਲ ਕੇ ਗਏ ਪਲਾਸੇ ਬਸ ਇੰਜੀ ਨਹੀਂ 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 ਉਹਦੇ ਨੇ ਨਿਕਲੇ ਨਹੀਂ ਨਹੀਂ ਮਿਲਣੇ ਕਿਸੇ ਦਿਲਦਾ ਜਿਲ ਦਾ ਕੋਈ ਅਫੜਾ ਦਫੜੀ ਪਈ ਅਫੜਾ ਦਫੜੀ ਪਈ ਸੀ ਖਾ ਰਹੇ ਆਂ ਕੁਦਰਤੀ ਐਸੀ ਗੱਲ ਸੀ ਸਾਰੇ ਪਿੰਡ ਦੇ ਨਿਕਲ ਗਏ ਤੇ ਇਥੋਂ ਭਲਾ ਕਿਹੜੇ ਕੈਂਪ ਨੂੰ ਗਏ ਪਤਾ ਹਾਂਜੀ ਇਥੋਂ ਜੀ ਬੜਾ ਜਥਾ ਤਗੜਾ ਇਕੱਠਾ ਹੋਇਆ ਸੀ ਉਥੋਂ ਫਿਰ ਇਹ ਪਸੂਰ ਗਏ ਨੇ ਕੋਈ ਸ਼ਾਇਦ ਨੀ ਹੋਈ ਬਸ ਉਹ ਲੰਬੜਾਂ ਦਾ ਉਹ ਵੀ ਇੱਕ ਵਾਰੀ ਆਇਆ ਸੀ ਤੇ ਹੁਣ ਆਏ ਦਾ ਇਹਨੂੰ ਪਤਾ ਹੈ ਮੈਂ ਸਰ ਉਧਰ ਹੀ ਪੈਦਾ ਹੋਏ ਨੇ ਜੀ ਇਹ ਵਡੇਰੇ ਹੋ ਜਾਣੇ ਉਧਰ ਹੀ ਜਾ ਕੇ ਪੈਦਾ ਹੋਏ ਨੇ ਤੇ ਐਵੇਂ ਉਹਨਾਂ ਪੁੱਛਿਆ ਵੀ ਸਾਡੇ ਉੱਥੇ ਵਟੇਕੇ ਹੁੰਦੇ ਤੇ ਜੇ ਤੇ ਉੱਥੇ ਘਰ ਖੜਿਆ ਸੀ ਉਹਨਾਂ ਨੂੰ ਉਹ ਉੱਥੇ ਫੋਟੋ ਸ਼ੂਟ ਬਣਾ ਕੇ ਖੜੀ ਆ ਜਿਹੜੇ ਅੱਛਾ ਬਿਲਕੁਲ ਜਦੋਂ ਇੱਥੇ ਆਏ ਉਹ ਆਪ ਆਈ ਜਾਂਦੇ ਗਲਾ ਦੇ ਜਦੋਂ ਆਏ ਤਾਂ ਪਿੰਡ ਦੇ ਫਿਰ ਹੁੰਦਾ ਹੀ ਤੁਹਾਡੇ ਕੋਲ ਰਹਿ ਕੇ ਭਾਵੇਂ ਸਿੱਖ ਹੀ ਸਨ ਪਿੰਡ ਵਾਲੇ ਪਾਪਾ ਫਿਰ ਉਹਨਾਂ ਨਾਲ ਚਾਹਤ ਕੀਤੀ ਹੱਥ ਕੇ ਮਿਲੇ ਜਿਵੇਂ ਸਾਡੇ ਨਾਲ ਹੁਣ ਤੁਸੀਂ ਇੰਜ ਫਰੀ ਹੋਏ ਨਹੀਂ ਆਹ ਤੇ ਬੜਾ ਪਿਆਰ ਕਰਦੇ ਆ ਉਹਨਾਂ ਨਾਲ ਜਿਹੜੇ ਹੁੰਦੇ ਨੇ ਬੜਾ ਪਿਆਰ ਕਰਦੇ ਆ ਆਦਾਂ ਨੇ ਸਿੱਖੇ ਖਾਂਦੇ ਨਹੀਂ ਕੋਈ ਵੀ ਇੱਥੇ ਸਾਡੇ ਕੋਲ ਆਏ ਸਨ ਤੇ ਉਹਨਾਂ ਪੁੱਛਿਆ ਵੀ ਕਿਹੜਾ ਗੋਈ ਖਾਣਾ ਤੇ ਉਹਦਾ ਜਿਹੜਾ ਮਜਬੂਰ ਆਉਂਦਾ ਇਹਦੇ ਕੁਝ ਤੇ ਅਸੀਂ ਖਾ ਕੇ ਤੁਸੀਂ ਮਹਿਮਾਨ ਪੂਰਾ ਮਹਿਮਾਨ ਨਵਾਜ਼ ਕੀਤੀ ਭਾਵੇਂ ਉਹ ਨਹੀਂ ਕਰਦੇ ਆ ਜੀ ਹਾਂਜੀ ਸਾਡੇ ਇਹ ਕਰਦੇ ਨਹੀਂ ਚਾਹੀਦੀ ਮੁਸਲਮਾਨ ਦਾ ਨਿਸ਼ਾਨੀ ਇਹ ਆਖਰ ਤੇ ਸਿਰਫ 2 ਮਿੰਟ ਮੈਨੂੰ ਦੱਸੋ ਕਿ ਵਕਤ ਉਹ ਤੁਹਾਡਾ ਸਹੀ ਦੌਰ ਜਾਂ ਹੁਣ ਦਾ ਉਹ ਦੌਰ ਸਹੀ ਹੁੰਦਾ ਸੀ ਮੁਹੱਬਤ ਦੇ ਮਾਮਲੇ ਉਹ ਚੰਗਾ ਸੀ ਵੱਡਿਆਂ ਦੇ ਸ਼ਰਮੋਹਿਆ ਦੇ ਮਾਮਲੇ ਉਹ ਚੰਗਾ ਸੀ ਉਹ ਚੰਗਾ ਸੀ ਬੜੀ ਕਿਤੇ ਤੇ ਗੱਲ ਕਰੋ ਭਲਾ ਹਾਂਜੀ ਉਦੋਂ ਸ਼ਰਮੋਹਿਆ ਜ਼ਿਆਦਾ ਸੀ ਪੈਣ ਦੀ ਹੁਣ ਜਾਂ ਉਦੋਂ ਬਹੁਤ ਜ਼ਿਆਦਾ ਸੀ ਹੁਣ ਤੇ ਹੈ ਹੀ ਨਹੀਂ ਹੁਣ ਤਾਂ ਹੈ ਹੀ ਨਹੀਂ ਸਾਡਾ ਬਾਲਤ ਗਈ ਨਿਕਲਦਾ ਹੁੰਦਾ ਇਹਦਾ ਤੇ ਜ਼ਨਾਨੀਆਂ ਜਿਹੜੀਆਂ ਤੇ ਆ ਨਹੀਂ ਨਿਜ਼ਾਮ ਚੌਧਰੀ ਨਿਜ਼ਾਮ ਜੀ ਆਉਂਦਾ ਜੇ ਪਿਆ ਸਿਰ ਢੱਕ ਲਓ ਤਾਂ ਅੰਦਰ ਵੜ ਜਾਂਦੀ ਸ਼ਰਮ ਨਾਲ ਅੰਦਰ ਵੜ ਜਾਂਦੀ ਨਹੀਂ ਆ ਤੇ ਹੁਣ ਤਾਂ ਜੀ ਨਾਲ ਪਈਆਂ ਫਿਰਦੀਆਂ ਨੇ ਹੁਣ ਕਿੱਥੇ ਜੇ ਹੈ ਸਾਡੀ ਬਰਾਦਰੀ ਦੇ ਬੰਦੇ ਹੋ ਬਰਾਦਰੀ ਤੁਸੀਂ ਕੱਲੇ ਨਹੀਂ ਆਏ ਇੱਥੇ ਅੱਗੇ ਵੀ ਬੰਦੇ ਆਉਂਦੇ ਰਹੇ ਬੰਦੇ ਆ ਡੇਰਾ ਪਖੈਰੀ ਦਾ ਜੇ ਲੱਗ ਜਾਏ ਸ਼ੁਕਰਗੁਜ਼ਾਰ ਜੀ ਤੁਸੀਂ ਜਿਹੜਾ ਸਾਨੂੰ ਟਾਈਮ ਦਿੱਤਾ ਸਾਨੂੰ ਪੁਰਾਣੀਆਂ ਸਾਡੀਆਂ ਗੱਲਾਂ ਸੁਣਾਈਆਂ ਮੇਲਾ ਯਾਦ ਕਰਾਇਆ ਕਿ ਐਵੇਂ ਰਹਿੰਦੇ ਹੁੰਦੇ ਹਾਂ ਸਾਨੂੰ ਕਲਚਰ ਸਾਰਾ ਆਪਣਾ ਦੱਸਿਆ ਨਾਜ਼ਰੇ ਅਗਰ ਤੁਸੀਂ ਵੀਡੀਓ ਤੇ ਪਹਿਲੀ ਦਫਾ ਆਏ ਹੋ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਤੇ ਵੀਡੀਓ ਜਿਹੜੀ ਲਾਈਕ ਸ਼ੇਅਰ ਲਾਜ਼ਮ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਐਵੇਂ ਦੀ ਮਜ਼ੀਦ ਅਸੀਂ ਵੀਡੀਓ ਜਿਹੜੀ ਲੈ ਕੇ ਆਉਂਦੇ ਰਹਿੰਦੇ ਹਾਂ ਚੈਨਲ ਤੇ ਤੁਹਾਨੂੰ ਪਤਾ ਅਸੀਂ ਦੂਰ ਦੂਰ ਜਾ ਕੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਜਿਹੜੇ ਵਸਿੰਦੇ ਨੇ ਉਹਨਾਂ ਦੀ ਇੰਟਰਵਿਊ ਕਰਨੇ ਆ ਜੇ ਚਸ਼ਮਦੀਦ ਗਵਾਹ ਨੇ ਔਰ ਜਿਹੜੇ ਉਧਰੋਂ ਮਹਾਜਰ ਜਿਹੜੇ ਆਏ ਨੇ ਇੰਡੀਆ 'ਚ ਚੜ੍ਹਦੇ ਪੰਜਾਬੋਂ ਉਹਨਾਂ ਦੇ ਵੀ ਇੰਟਰਵਿਊ ਕਰਨੇ ਆ ਅਗਰ ਤੁਹਾਡਾ ਵੀ ਕੋਈ ਇਧਰੋਂ ਗਿਆ ਹੈ ਤੁਸੀਂ ਆਪਣਾ ਪਿੰਡ ਵੇਖਣਾ ਚਾਹੁੰਦੇ ਹੋ ਲਹਿੰਦੇ ਪੰਜਾਬ ਵਾਲਾ ਚਾਹੁੰਦੇ ਹੋ ਕਿ ਅਸੀਂ ਉੱਥੋਂ ਦਾ ਪਿੰਡ ਉਹਾਈਏ ਤੁਹਾਡੇ ਵੱਡਿਆਂ ਦੀ ਉਹਨਾਂ ਕੋਲੋਂ ਗੱਲਬਾਤ ਸੁਣੀਏ ਤੇ ਐਸੇ ਵੀਡੀਓ ਸਾਨੂੰ ਕਮੈਂਟ ਕਰਕੇ ਜਿਹੜਾ ਆਪਣੇ ਪਿੰਡ ਦਾ ਨਾਂ ਜ਼ਿਲ੍ਹਾ ਦੱਸ ਸਕਦੇ ਅਸੀਂ ਜਾ ਕੇ ਜ਼ਰੂਰ ਵੀਡੀਓ ਬਣਾਵਾਂਗੇ ਤੇ ਮਿਲਣੇ ਅਗਲੀ ਨਵੀਂ ਵੀਡੀਓ ਨਾਲ ਉਦੋਂ ਤੱਕ ਮੈਨੂੰ ਅਕਰਮ ਸਾਹਿਬ ਨੂੰ ਇਜਾਜ਼ਤ ਰੱਬ ਰੱਖਾ ਜੀ।